ਸਾਚਾ ਸਾਹਿਬ ਸਾਚ ਨਾਏ ਭਾਗਿਆ ਭਾਉ ਅਪਾਰ ਆਖੇ ਮੰਗੇ ਦੇ ਦੇ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਮੂੰਹ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ ਕਰਮੀ ਆਵੇ ਕੱਪੜਾ ਨਜ਼ਰੀ ਮੁਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਖਾਲਸਾ ਵਾਹਿਗੁਰੂ ਕੀ ਫਤਿਹ। ਪਰਮ ਸਨਮਾਨਯੋਗ ਗੁਰ ਪਿਆਰੇ ਸਤਸੰਗ ਜੀ, ਜ਼ਾਹਿਰ ਪੀਰ ਜਗਤ ਗੁਰ ਬਾਬਾ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਬਾਣੀ ਜਪਜੀ ਸਾਹਿਬ ਦੀ ਚੌਥੀ ਪੌੜੀ ਦਾ ਪਾਠ ਬੜੇ ਪਿਆਰ ਦੇ ਨਾਲ ਸੰਗਤੀ ਰੂਪ ਅੰਦਰ ਗਾਇਨ ਕਰਦਿਆਂ ਸ਼ੁਰੂ ਕੀਤਾ ਹੈ। ਜਪ ਦੀ ਪਾਵਨ ਬਾਣੀ ਦੇ ਅੰਦਰ ਹਜ਼ੂਰ ਪਿਤਾ ਨੇ ਪਰਮਾਤਮਾ ਦਾ ਸਰੂਪ ਬਿਆਨ ਕੀਤਾ। ਜਪ ਦੀ ਪਾਵਨ ਬਾਣੀ ਦੇ ਅੰਦਰ ਮੇਰੇ ਮਾਤਾ ਪਿਤਾ ਨੇ ਪਰਮਾਤਮਾ ਦਾ ਨਾਮ ਕਿਵੇਂ ਜਪਿਆ ਜਾਣਾ ਚਾਹੀਦਾ ਹੈ ਉਹਦਾ ਢੰਗ ਦੱਸਿਆ। ਸੁਭਾਵਿਕ ਹੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕੋ ਸਵਾਲ ਪੁੱਛੇ ਜਾਂਦੇ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਨੂੰ ਲੋਕ ਸਵਾਲ ਪੁੱਛਦੇ ਨੇ, ਜਿਗਿਆਸੂ ਸਵਾਲ ਪੁੱਛਦੇ ਨੇ, ਗੁਰੂ ਨਾਨਕ ਪਾਤਸ਼ਾਹ ਦੀ ਸੰਗਤ 'ਚ ਆਉਣ ਵਾਲੇ ਸਵਾਲ ਪੁੱਛਦੇ ਨੇ। ਮੇਰੇ ਸਤਿਗੁਰ ਸੱਚੇ ਪਾਤਸ਼ਾਹ ਜੀਓ, ਜੇ ਪਰਮਾਤਮਾ ਇੱਕ ਉਸ ਨੂੰ ਪਾਉਣ ਲਈ ਬਾਹਰੀ ਪਵਿੱਤਰਤਾ ਦੀ ਕੋਈ ਲੋੜ ਨਹੀਂ ਹੈ, ਕਿਸੇ ਜਪ ਤਪ ਦੀ ਲੋੜ ਨਹੀਂ ਹੈ, ਕਿਸੇ ਡੰਡ ਪਖੰਡ ਦੀ ਲੋੜ ਨਹੀਂ ਹੈ, ਕਿਸੇ ਕਰਮ ਕਾਂਡ ਦੀ ਲੋੜ ਨਹੀਂ ਹੈ, ਕਿਸੇ ਮੰਤਰਾਂ ਦੇ ਜਾਪ ਦੀ ਲੋੜ ਨਹੀਂ ਹੈ, ਹਜ਼ੂਰ ਪਿਤਾ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀਓ ਫਿਰ ਇੱਕ ਕਿਰਪਾ ਕਰਦੇ ਹੋ, ਸਾਨੂੰ ਇਹ ਦੱਸਦੇ ਹੋ ਉਸ ਰੱਬ ਨਾਲ ਸਾਡਾ ਮਿਲਾਪ ਕਿਵੇਂ ਹੋ ਸਕਦਾ ਹੈ। ਰੱਬੀ ਮਿਲਾਪ ਦਾ ਹਜ਼ੂਰ ਪਿਤਾ ਜੀ ਵਸੀਲਾ ਕੀ? ਕਿਉਂਕਿ ਜਪ ਦੀ ਪਹਿਲੀ ਪੌੜੀ ਦੇ ਅੰਦਰ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਨੇ ਉਹਨਾਂ ਸਾਰੇ ਹੀ ਢੰਗਾਂ ਨੂੰ ਰੱਦ ਕਰ ਦਿੱਤਾ ਜਿਨ੍ਹਾਂ ਦੇ ਨਾਲ ਮਨੁੱਖਤਾ ਪਰਮਾਤਮਾ ਨੂੰ ਪ੍ਰਾਪਤ ਕਰਨਾ ਚਾਹੁੰਦੀ ਸੀ, ਪਰਮਾਤਮਾ ਦਾ ਮਿਲਾਪ ਹਾਸਲ ਕਰਨਾ ਚਾਹੁੰਦੀ ਸੀ। ਉਹ ਸਾਰੇ ਢੰਗ ਅਸੀਂ ਜਪਜੀ ਸਾਹਿਬ ਦੀ ਪਹਿਲੀ ਪੌੜੀ ਦੇ ਅੰਦਰ ਵਿਚਾਰ ਲਏ। ਉਹ ਢੰਗ ਕੀ ਸੀ? ਲੋਕ ਸੋਚਦੇ ਸਨ ਕਿ ਬਾਹਰੀ ਪਵਿੱਤਰਤਾ ਰੱਖਣ ਨਾਲ ਪਰਮਾਤਮਾ ਮਿਲ ਜਾਏਗਾ, ਸਿਆਣਪਾਂ ਦੇ ਨਾਲ ਪਰਮਾਤਮਾ ਨੂੰ ਪ੍ਰਾਪਤ ਕੀਤਾ ਜਾ ਸਕਦਾ, ਬਹੁਤ ਸਾਰੇ ਪਦਾਰਥਾਂ ਨੂੰ ਇਕੱਠਿਆ ਕਰ ਲੈਣ ਨਾਲ ਪਰਮਾਤਮਾ ਨੂੰ ਪਾ ਲਿਆ ਜਾ ਸਕਦਾ, ਮੌਨ ਧਾਰਨ ਕਰ ਲੈਣ ਨਾਲ, ਚੁੱਪ ਸਾਧ ਲੈਣ ਨਾਲ ਪਰਮਾਤਮਾ ਮਿਲ ਸਕਦਾ। ਪਰ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਤੇਰੇ ਕਿਸੇ ਜਪ ਨਾਲ, ਤੇਰੇ ਕਿਸੇ ਤਪ ਨਾਲ, ਤੇਰੇ ਕਿਸੇ ਧੂਣੀਆਂ ਤਪਾਣ ਨਾਲ, ਤੇਰੀ ਕਿਸੇ ਸਾਧਨਾ ਦੇ ਨਾਲ ਪਰਮਾਤਮਾ ਦਾ ਮਿਲਾਪ ਨਹੀਂ ਹੋਣਾ। ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਫਿਰ ਉਹਦਾ ਮਿਲਾਪ ਦਾ ਕੋਈ ਨਾ ਕੋਈ ਤਰੀਕਾ ਤਾਂ ਹੋਵੇਗਾ ਨਾ, ਉਸ ਪਰਮਾਤਮਾ ਨਾਲ ਮਿਲਣ ਦਾ ਕੋਈ ਨਾ ਕੋਈ ਮੈਥਡ ਹੋਵੇਗਾ, ਕੋਈ ਨਾ ਕੋਈ ਤਰੀਕਾ ਹੋਵੇਗਾ, ਕੋਈ ਨਾ ਕੋਈ ਵਸੀਲਾ ਹੋਵੇਗਾ। ਮੇਰੇ ਮਾਲਕ ਪਿਤਾ ਜੀ ਕਿਰਪਾ ਕਰੋ, ਸਾਨੂੰ ਦੱਸਣਾ ਕਰਿਓ ਵਸੀਲਾ ਕੀ।
ਤੇ ਸਾਹਿਬ ਕਹਿਣਗੇ ਪਰਮਾਤਮਾ ਦੇ ਮਿਲਾਪ ਦਾ ਇੱਕੋ ਇੱਕ ਵਸੀਲਾ ਹੈ, ਨਿਸ਼ਕਾਮ ਪਿਆਰ, ਸੱਚਾ ਪਿਆਰ। ਅੱਜ ਦੀ ਪਾਵਨ ਪੌੜੀ ਦੀ ਪਹਿਲੀ ਪੰਕਤੀ ਦੇ ਅੰਦਰ ਮੇਰੇ ਮਾਤਾ ਪਿਤਾ ਨੇ ਬੜੇ ਸੁੰਦਰ ਤਰੀਕੇ ਨਾਲ ਸਮਝਾਇਆ। ਸਾਹਿਬ ਕਹਿਣ ਲੱਗੇ ਸਾਚਾ ਸਾਹਿਬ ਸਾਚ ਨਾਏ। ਸਾਚਾ ਸਾਹਿਬ ਦਾ ਅਰਥ ਹੈ, ਸਾਚਾ ਦਾ ਅਰਥ ਹੈ ਸਦੀਵੀ ਤੇ ਸਾਹਿਬ ਦਾ ਅਰਥ ਹੈ ਮਾਲਕ। ਉਹ ਅਕਾਲ ਪੁਰਖ ਵਾਹਿਗੁਰੂ ਸਦੀਵੀ ਹੈ, ਬਦਲਣ ਵਾਲਾ ਨਹੀਂ ਹੈ। ਨਾ ਤਾਂ ਪਰਮਾਤਮਾ ਬਦਲਦਾ ਜੋ, ਤੇ ਨਾ ਉਹਦਾ ਸਿਧਾਂਤ, ਨਾ ਉਹਦਾ ਕਾਨੂੰਨ, ਨਾ ਉਹਦਾ ਨੇਮ ਬਦਲਦਾ। ਪਰਮਾਤਮਾ ਦੇ ਨੇਮ, ਪਰਮਾਤਮਾ ਦੇ ਸਿਧਾਂਤ, ਪਰਮਾਤਮਾ ਦੀ ਸਿੱਖਿਆ ਪਰਮਾਤਮਾ ਦੀ ਤਰ੍ਹਾਂ ਅਟਲ। ਸਾਚਾ ਸਾਹਿਬ ਸਾਚ ਨਾਏ। ਭਾਖਿਆ, ਭਾਖਿਆ ਦਾ ਮੀਨਿੰਗ ਹੈ ਲੈਂਗੁਏਜ, ਬੋਲੀ ਕਿਹੜੀ ਹੈ? ਭਾਉ। ਉਹਦੀ ਬੋਲੀ ਕਿਹੜੀ ਹੈ? ਪ੍ਰੇਮ, ਅਪਾਰ। ਉਹ ਪਰਮਾਤਮਾ ਜਿਹਦਾ ਪਾਰਲਾ ਬੰਨਾ ਨਹੀਂ ਨਾ ਲੱਭਿਆ ਜਾ ਸਕਦਾ, ਜਿਹੜਾ ਕਦੀ ਬਦਲਦਾ ਨਹੀਂ ਨਾ, ਜਿਹਦੇ ਸਿਧਾਂਤ ਅਟਲ ਨੇ, ਉਹਦੀ ਬੋਲੀ ਹੈ ਪਿਆਰ। ਦੁਨੀਆਂ ਦੇ ਅੰਦਰ ਮਨੁੱਖ ਨੇ ਆਪਣੇ ਵਿਚਾਰਾਂ ਨੂੰ ਪ੍ਰਗਟ ਕਰਨ ਲਈ ਬੜੀਆਂ ਬੋਲੀਆਂ ਬਣਾਈਆਂ ਤੇ ਉਹਨਾਂ ਬੋਲੀਆਂ ਨੂੰ ਬਣਾਉਣ ਦੀ ਜਿਹੜੀ ਸੂਝ ਹੈ ਨਾ, ਉਹ ਪਰਮਾਤਮਾ ਨੇ ਬਖਸ਼ੀ। ਹਰੇਕ ਧਰਮ ਦੀ, ਹਰੇਕ ਮਜ਼ਹਬ ਦੀ, ਹਰੇਕ ਦੇਸ਼ ਦੀ, ਹਰੇਕ ਕਬੀਲੇ ਦੀ ਆਪੋ ਆਪਣੀ ਮਾਂ ਬੋਲੀ। ਸਾਡੀ ਪੰਜਾਬੀ ਹੈ, ਕਿਸੇ ਵਿੱਚ ਫਰਾਂਸ, ਫਰੈਂਚ ਹੈ, ਜਪੈਨਿਸ਼ ਹੈ, ਮੈਡਰਿਨ ਹੈ, ਇੰਗਲਿਸ਼ ਹੈ, ਹਰੇਕ ਦੀ ਮਾਂ ਬੋਲੀ ਵੱਖਰੀ। ਜਿਵੇਂ ਦੇਵਤਿਆਂ ਦੀ ਬੋਲੀ ਸੰਸਕ੍ਰਿਤ ਕਹੀ ਜਾਂਦੀ ਹੈ, ਪਰ ਪਰਮਾਤਮਾ ਦੇ ਸੰਬੰਧ ਵਿੱਚ ਅਜਿਹਾ ਕੁਝ ਵੀ ਨਹੀਂ ਕਿਹਾ ਜਾ ਸਕਦਾ ਕਿ ਪਰਮਾਤਮਾ ਦੀ ਆ ਵਿਸ਼ੇਸ਼ ਬੋਲੀ। ਜਿਵੇਂ ਸਾਡੀ ਮਦਰ ਟੰਗ ਹੈ ਨਾ, ਅਸੀਂ ਕਹਿੰਦੇ ਹਾਂ ਮੇਰੀ ਮਾਂ ਬੋਲੀ ਹੈ, ਮੈਂ ਪਹਿਲਾਂ ਇਹਨੂੰ ਪ੍ਰੈਫਰ ਕਰਦਾ ਵਾ। ਪਰਮਾਤਮਾ ਦੇ ਸੰਬੰਧ ਵਿੱਚ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਕਿਹਾ ਜਾ ਸਕਦਾ ਕਿ ਪਰਮਾਤਮਾ ਦੀ ਆ ਵਿਸ਼ੇਸ਼ ਬੋਲੀ। ਜੇ ਕੋਈ ਪਰਮਾਤਮਾ ਦੀ ਬੋਲੀ ਹੈ ਤਾਂ ਇਹ ਪ੍ਰੇਮ, ਪਿਆਰ। ਜਦੋਂ ਕੋਈ ਪਰਮਾਤਮਾ ਦਾ ਪਿਆਰਾ ਪਰਮਾਤਮਾ ਨਾਲ ਗੱਲ ਕਰਦਾ ਹੈ ਤੇ ਪਰਮਾਤਮਾ ਇਹ ਨਹੀਂ ਵੇਖਦਾ ਇਹ ਬੋਲ ਕੀ ਰਿਹਾ, ਇਹ ਸ਼ਬਦ ਕੀ ਵਰਤ ਰਿਹਾ, ਇਹ ਕਿਹੜੀ ਭਾਸ਼ਾ 'ਚ ਬੋਲ ਰਿਹਾ। ਨਾ ਬਈ ਨਾ, ਪਰਮਾਤਮਾ ਤਾਂ ਇਹ ਦੇਖਦਾ ਹੈ ਕਿ ਇਹਦੇ ਬੋਲਾਂ ਦੇ ਵਿੱਚ, ਇਹਦੇ ਸ਼ਬਦਾਂ ਦੇ ਵਿੱਚ ਪਿਆਰ ਕਿੰਨਾ ਕੀ ਹੈ, ਕਿੰਨੀ ਕੁ ਪ੍ਰੇਮ ਭਾਵਨਾ ਦੇ ਨਾਲ ਇਹ ਆਪਣੇ ਮੂੰਹ ਤੇ ਸ਼ਬਦ ਬੋਲ ਰਿਹਾ, ਇਹਦੇ ਸ਼ਬਦਾਂ ਦੇ ਵਿੱਚ ਪਿਆਰ ਕਿੰਨਾ ਕੀ ਆ, ਭਾਵਨਾ ਕਿੰਨੀ ਕੀ ਆ। ਪਰਮਾਤਮਾ ਦੀ ਬੋਲੀ 'ਚ ਪਿਆਰ ਹੋਵੇ। ਪਰਮਾਤਮਾ ਕਦੇ ਭਾਸ਼ਾ ਵੱਲ ਨਹੀਂ ਵੇਖਦਾ, ਸ਼ਬਦਾਂ ਵੱਲ ਨਹੀਂ ਵੇਖਦਾ, ਸ਼ਬਦਾਂ ਵਿੱਚ ਪ੍ਰੇਮ ਦੀ ਭਾਵਨਾ ਕਿੰਨੀ ਕੀ ਆ, ਕਿੰਨੀ ਕੁ ਤੜਫ ਰੱਖ ਕੇ ਪਰਮਾਤਮਾ ਨਾਲ ਗੱਲ ਕੀਤੀ ਜਾ ਰਹੀ, ਕਿੰਨੀ ਕੁ ਤੜਫ ਰੱਖ ਕੇ ਪਰਮਾਤਮਾ ਨਾਲ ਆਪਣਾ ਦੁੱਖ ਸਾਂਝਾ ਕੀਤਾ ਜਾ ਰਿਹਾ, ਕਿੰਨੇ ਪਿਆਰੇ ਸ਼ਬਦਾਂ ਦੇ ਰਾਹੀਂ ਪਰਮਾਤਮਾ ਦੇ ਅੱਗੇ ਆਪਣੇ ਪ੍ਰੇਮ ਦਾ ਇਜ਼ਹਾਰ ਕੀਤਾ ਜਾ ਰਿਹਾ, ਪਰਮਾਤਮਾ ਉਹ ਦੇਖਦਾ। ਇਸਲਾਮ ਮਤ ਦੇ ਅੰਦਰ ਇੱਕ ਬੜੀ ਪਿਆਰੀ ਕਹਾਣੀ ਆਉਂਦੀ ਹੈ। ਕਹਿੰਦੇ ਨੇ ਇੱਕ ਭੇਡਾਂ ਚਾਰਨ ਵਾਲਾ ਆਜ਼ਰੀ ਲੰਘ ਰਿਹਾ ਸੀ ਜਿਸ ਜਗ੍ਹਾ 'ਤੇ ਉਪਦੇਸ਼ ਦਿੱਤਾ ਜਾ ਰਿਹਾ ਸੀ, ਤਾਂ ਉਹਨੇ ਲੰਘਦਿਆਂ ਲੰਘਦਿਆਂ ਸੁਣਿਆ ਕਿ ਪਰਮਾਤਮਾ ਹਰ ਪਾਸੇ ਵਿਆਪਕ ਹੈ। ਤੁਸੀਂ ਇੱਕ ਵਾਰੀ ਇਸ ਪਰਮਾਤਮਾ ਨੂੰ ਪਿਆਰ ਨਾਲ ਬੁਲਾਓ ਤਾਂ ਸਹੀ, ਉਹ ਤੁਹਾਡੇ ਕੋਲ ਜ਼ਰੂਰ ਆਵੇਗਾ। ਉਸ ਆਜ਼ਰੀ ਨੇ ਚੱਲਦਿਆਂ ਚੱਲਦਿਆਂ ਇਹ ਦੋ ਕੁ ਗੱਲਾਂ ਸੁਣੀਆਂ ਅਤੇ ਜਿਸ ਜਗ੍ਹਾ 'ਤੇ ਜਾ ਕੇ ਆਪਣੀਆਂ ਭੇਡਾਂ ਬੱਕਰੀਆਂ ਚਾਰਦਾ ਸੀ, ਆਪਣੀਆਂ ਭੇਡਾਂ ਬੱਕਰੀਆਂ ਨੂੰ ਚਰਨ ਵਾਸਤੇ ਛੱਡ ਦਿੱਤਾ, ਆਪ ਇੱਕ ਉੱਚੀ ਜਿਹੀ ਜਗ੍ਹਾ 'ਤੇ ਜਾ ਕੇ ਬੈਠ ਗਿਆ। ਕਹਿਣ ਲੱਗਾ ਪਰਮਾਤਮਾ ਲੋਕ ਤੈਨੂੰ ਕਹਿੰਦੇ ਨੇ, ਜੇ ਉਹ ਵੀ ਪਿਆਰ ਨਾਲ ਯਾਦ ਕਰਦਾ ਹੈ ਨਾ ਤਾਂ ਉਹਦੇ ਕੋਲ ਆ ਜਾਂਦਾ ਹੈ, ਕਿਤੇ ਤੂੰ ਮੇਰੇ ਕੋਲ ਆ, ਮੈਂ ਤੇਰੀਆਂ ਜੂਆਂ ਕੱਢਾਂਗਾ, ਜੋ ਉਹਨਾਂ ਦੇ ਗ੍ਰੰਥ 'ਚ ਲਿਖਿਆ ਹੋਇਆ। ਪਰਮਾਤਮਾ ਕਿਤੇ ਮੈਨੂੰ ਵੀ ਦਰਸ਼ਨ ਦੇ, ਮੈਂ ਤੈਨੂੰ ਆਪਣੀਆਂ ਬੱਕਰੀਆਂ ਦਾ ਤਾਜ਼ਾ ਦੁੱਧ ਪਿਆਵਾਂਗਾ। ਪਰਮਾਤਮਾ ਕਿਤੇ ਮੇਰਾ ਵੀ ਤੇਰੇ ਨਾਲ ਮਿਲਾਪ ਹੋਵੇ, ਮੈਂ ਵੀ ਤੈਨੂੰ ਆਪਣੀਆਂ ਦਿਲ ਦੀਆਂ ਗੱਲਾਂ ਦੱਸਾਂਗਾ। ਕਹਿੰਦੇ ਲਾਗੋ ਇੱਕ ਇਸਲਾਮ ਮਤ ਦੇ ਧਾਰਮਿਕ ਆਗੂ ਲੰਘ ਰਿਹਾ ਸੀ, ਉਹਨੇ ਚੱਲਦਿਆਂ ਚੱਲਦਿਆਂ ਆਜ਼ਰੀ ਦੀਆਂ ਗੱਲਾਂ ਸੁਣੀਆਂ। ਕਹਿਣ ਲੱਗਾ ਪਰਮਾਤਮਾ ਨੂੰ ਤੂੰ ਇਹੋ ਜਿਹਾ ਸਮਝਿਆ ਹੋਇਆ,
ਕਿ ਮੈਂ ਤੇਰੇ ਮੈਲੇ ਕੱਪੜੇ ਧੋਵਾਂਗਾ, ਮੈਂ ਤੇਰੀਆਂ ਜੂਆਂ ਕੱਢਾਂਗਾ, ਮੈਂ ਤੈਨੂੰ ਬੱਕਰੀਆਂ ਤੋਂ ਦੁੱਧ ਪਿਆਵਾਂਗਾ। ਉਸ ਧਾਰਮਿਕ ਆਗੂ ਨੇ ਉਸ ਆਜੜੀ ਨੂੰ ਰੋਕ ਦਿੱਤਾ, ਡਾਂਟ ਦਿੱਤਾ। ਉਹ ਪਰਮਾਤਮਾ ਨੂੰ ਪਿਆਰ ਨਾਲ ਬੁਲਾ ਰਿਹਾ ਸੀ, ਪਿਆਰ ਨਾਲ ਯਾਦ ਕਰ ਰਿਹਾ ਸੀ। ਆਜੜੀ ਚੁੱਪ ਕਰ ਗਿਆ ਕਿ ਸ਼ਾਇਦ ਮੇਰੇ ਮੂੰਹ ਕੁਝ ਪਰਮਾਤਮਾ ਨੂੰ ਗਲਤ ਕਿਹਾ ਗਿਆ, ਸ਼ਾਇਦ ਮੈਂ ਪਰਮਾਤਮਾ ਦੇ ਸੰਬੰਧ 'ਚ ਕੁਝ ਗਲਤ ਬੋਲ ਦਿੱਤਾ। ਇੱਕ ਦੁਨੀਆ ਦੇ ਬੰਦਰ ਬੜੀ ਅਜਬ ਗੱਲ ਹੈ, ਜਿਹਦੇ ਸੰਬੰਧ ਵਿੱਚ ਗਲਤ ਕਿਹਾ ਗਿਆ ਨਾ ਉਹਨੂੰ ਇਤਰਾਜ਼ ਕੋਈ ਨਹੀਂ ਹੁੰਦਾ। ਜਿਹਦੇ ਸੰਬੰਧ 'ਚ ਕਿਹਾ ਗਿਆ ਪਰਮਾਤਮਾ ਨੂੰ ਇਤਰਾਜ਼ ਕੋਈ ਨਹੀਂ, ਪਰ ਜਿਹੜੇ ਪਰਮਾਤਮਾ ਦੇ ਭਗਤ ਨੇ ਉਹ ਵਾਵਲੀਵਾ ਖੜਾ ਕਰ ਦਿੰਦੇ ਨੇ ਕਿ ਤੂੰ ਹੁੰਦਾ ਕੋਰੇ ਗੱਲ ਕਹਿ ਦੋ। ਉਹ ਲੜਮਰ 'ਤੇ ਉਤਰ ਆਉਂਦੇ ਨੇ, ਉਹ ਆਗੂ ਇਹ ਗੱਲ ਕਹਿ ਕੇ ਚਲਾ ਗਿਆ। ਹੁਣ ਸ਼ਾਮ ਨੂੰ ਇਬਾਦਤ ਕਰਨ ਲੱਗਾ, ਮਨ ਟਿਕਦਾ ਨਹੀਂ ਪਿਆ। ਪਰਮਾਤਮਾ ਦੇ ਅੱਗੇ ਅਰਦਾਸ ਕੀਤੀ ਹੈ, ਖੁਦਾ ਅੱਲਾਹ ਤਾਲਾ ਮੇਰੇ ਕੋਲ ਕੀ ਗੁਨਾਹ ਹੋ ਗਿਆ, ਅੱਜ ਮੈਂ ਤੇਰਾ ਧੰਨਵਾਦ ਕਰਨ ਲਈ, ਤੇਰੀ ਨਮਾਜ਼ ਅਦਾ ਕਰਨ ਲਈ, ਤੇਰੇ ਚਰਨਾਂ 'ਚ ਜੁੜਨ ਲਈ ਮੈਂ ਨਮਾਜ਼ ਅਦਾ ਕਰ ਰਿਹਾ ਸਾਂ, ਪਰ ਮਨ ਤੋਂ ਨਹੀਂ ਟਿਕ ਰਿਹਾ। ਕਹਿੰਦੇ ਨੇ ਇੱਕ ਗੈਬੀ ਆਵਾਜ਼ ਆਈ, ਅੱਜ ਤੂੰ ਰੱਬ ਨਾਲ ਜੁੜੇ ਹੋਏ ਨੂੰ ਤੋੜਿਆ, ਤੈਨੂੰ ਤਾਂ ਮੈਂ ਜੋੜਨ ਲਈ ਭੇਜਿਆ ਸੀ, ਤੂੰ ਤਾਂ ਤੋੜ ਰਿਹਾ। ਉਹ ਪ੍ਰੇਮ ਦੇ ਰਾਹੀਂ ਮੇਰੇ ਨਾਲ ਜੁੜਿਆ ਹੋਇਆ ਸੀ, ਉਹ ਕੀ ਬੋਲ ਰਿਹਾ ਸੀ ਇਹਦੇ ਵੱਲ ਧਿਆਨ ਦੇਣ ਦੀ ਲੋੜ ਨਹੀਂ ਸੀ, ਉਹ ਕਿੰਨੇ ਪਿਆਰ ਨਾਲ ਬੋਲ ਰਿਹਾ ਸੀ ਇਹਦੇ ਵੱਲ ਧਿਆਨ ਦੇਣ ਦੀ ਲੋੜ ਸੀ, ਉਹਦੇ ਸ਼ਬਦਾਂ ਅੰਦਰ ਪ੍ਰੇਮ ਦੀ ਭਾਵਨਾ ਕਿੰਨੀ ਭਰੀ ਹੋਈ ਸੀ, ਇਸ ਗੱਲ ਨੂੰ ਵੇਖਣਾ ਸੀ ਤੂੰ ਇਸ ਗੱਲ ਨੂੰ ਤਾਂ ਵੇਖਿਆ ਹੀ ਕੋਈ। ਕਹਾਣੀ ਗੱਲ ਆਖਦੀ ਪਰਮਾਤਮਾ ਪਿਆਰ ਦੀ ਗੱਲ ਸੁਣਦਾ, ਪਰਮਾਤਮਾ ਨੇ ਅੱਜ ਤੱਕ ਕਦੀ ਹੰਕਾਰੀਆਂ ਦੀ ਗੱਲ ਨਹੀਂ ਸੁਣੀ, ਕ੍ਰੋਧੀਆਂ ਦੀ ਗੱਲ ਨਹੀਂ ਸੁਣੀ, ਮਾਇਆਧਾਰੀ ਦੀ ਗੱਲ ਨਹੀਂ ਸੁਣੀ, ਜਿਹੜੇ ਮਾਇਆ ਦੇ ਵਿੱਚ ਵੱਡੇ ਵੱਡੇ ਬੋਲ ਬੋਲਦੇ ਨੇ, ਪਰਮਾਤਮਾ ਨੇ ਜੇਕਰ ਸੁਣੀ ਤਾਂ ਪਿਆਰ ਵਾਲਿਆਂ ਦੀ ਗੱਲ ਸੁਣੀ, ਜਿਨ੍ਹਾਂ ਨੇ ਪਰਮਾਤਮਾ ਨੂੰ ਪਿਆਰ ਨਾਲ ਯਾਦ ਕੀਤਾ। ਕਿਉਂਕਿ ਪਰਮਾਤਮਾ ਦੀ ਬੋਲੀ ਹੀ ਪਿਆਰ ਏ, ਉਹ ਬੋਲਦਾ ਹੀ ਪਿਆਰ ਵਾਲੇ ਬੋਲ ਨੇ। ਕਿਉਂ? ਕਿਉਂਕਿ ਉਹਦੇ ਅੰਦਰ ਜੋ ਪ੍ਰੇਮ ਭਰਿਆ ਹੋਇਆ, ਉਹ ਪ੍ਰੇਮ ਦਾ ਮੁਜੱਸਮਾ ਏ, ਪਰਮਾਤਮਾ ਦੇ ਅੰਦਰ ਪ੍ਰੇਮ ਭਰਿਆ ਹੋਇਆ, ਪ੍ਰੇਮ ਵਾਲੀ ਬੋਲੀ ਬੋਲਦਾ ਹੈ। ਮਾਫ਼ ਕਰਨਾ, ਸਾਡੇ ਅੰਦਰ ਵਾਸ਼ਨਾ ਭਰੀ ਹੋਈ, ਜਿਹੜਾ ਪਿਆਰ ਹੈ ਨਾ ਉਹ ਮਨੁੱਖ ਨੂੰ ਤਾਂ ਚੁੱਕਦਾ ਹੈ, ਵਾਸ਼ਨਾ ਮਨੁੱਖ ਨੂੰ ਹੇਠਾਂ ਡੋਬਦੀ। ਸਾਡਾ ਜੋ ਜੀਵਨ ਹੈ ਨਾ ਉਹ ਵਾਸ਼ਨਾ ਦੇ ਪੱਥਰਾਂ ਦੇ ਨਾਲ, ਸਾਡਾ ਜਿਹੜਾ ਜੀਵਨ ਹੈ ਨਾ ਉਹ ਵਾਸ਼ਨਾ ਦੇ ਪੱਥਰਾਂ ਦੇ ਨਾਲ, ਕਾਮ ਦੇ ਪੱਥਰ, ਕ੍ਰੋਧ ਦੇ ਪੱਥਰ, ਲੋਭ ਦੇ ਪੱਥਰ, ਹੰਕਾਰ ਦੇ ਪੱਥਰ, ਵਿਕਾਰਾਂ ਦੇ ਪੱਥਰ, ਕਾਮਨਾ ਦੇ ਪੱਥਰ ਦੇ ਨਾਲ ਸਾਡਾ ਜੀਵਨ ਬੰਨਿਆ ਪਿਆ, ਤੇ ਅਸੀਂ ਆਪਣੇ ਜੀਵਨ ਨੂੰ ਵਿਕਾਰਾਂ ਦੇ ਪੱਥਰਾਂ ਨਾਲ, ਵਾਸ਼ਨਾ ਦੇ ਪੱਥਰਾਂ ਨਾਲ ਬੰਨ੍ਹ ਕੇ ਸੰਸਾਰ ਸਾਗਰ ਤੋਂ ਪਾਰ ਹੋਣ ਦਾ ਯਤਨ ਕਰਦੇ ਪਏ ਹਾਂ। ਕਿ ਪੱਥਰਾਂ ਨਾਲ ਬੰਨ੍ਹ ਕੇ ਕੋਈ ਮਨੁੱਖ ਕਿਸੇ ਨਦੀ ਨੂੰ ਪਾਰ ਕਰ ਸਕਦਾ ਹੈ? ਇੱਕ ਕਹਾਵਤ ਸੁਣੀ ਹੋਵੇਗੀ, ਅਸੀਂ ਅਕਸਰ ਕਹਿ ਦਿੰਦੇ ਹਾਂ ਤੇਰੀਆਂ ਬੇੜੀਆਂ 'ਚ ਵੱਟੇ ਪਾ ਰਹੇ, ਤੇਰੀਆਂ ਬੇੜੀਆਂ 'ਚ ਇਹ ਵੱਟੇ ਪਾ ਰਹੇ, ਇਹ ਮੀਨਸ ਕਿ ਤੈਨੂੰ ਡੋਬ ਦੇਣਾ ਚਾਹੁੰਦਾ ਹੈ। ਜਿਹੜੇ ਲੋਕ ਸਰੀਰ ਦਾ ਸੰਸਕਾਰ ਨਹੀਂ ਨਾ ਕਰਦੇ, ਜਦੋਂ ਸਰੀਰ ਨੂੰ ਜਲ ਪ੍ਰਵਾਹ ਕਰਨ ਲੱਗਦੇ ਉਹਦੇ ਨਾਲ ਭਾਰੇ ਭਾਰੇ ਪੱਥਰ ਬਣਦੇ, ਪਤਾ ਹੀ ਕਿਉਂ? ਕਿਉਂਕਿ ਉਹ ਗਹਿਰੇ ਤਲ ਵਿੱਚ ਚਲਾ ਜਾਂਦਾ, ਕਿਉਂਕਿ ਮੁਰਦਾ ਸਰੀਰ ਜ਼ਿਆਦਾ ਚਿਰ ਗਹਿਰੇ ਤਲ 'ਤੇ ਨਹੀਂ ਰਹਿੰਦਾ, ਤਰ ਕੇ ਉੱਤੇ ਆ ਜਾਂਦਾ, ਜਿੰਦਾ ਸਰੀਰ ਹੀ ਡੁੱਬਦਾ। ਸਾਡਾ ਜੀਵਨ ਪਰਪਕਾਰਾਂ ਵੱਲੋਂ ਮਰ ਚੁੱਕਾ ਹੋਇਆ ਹੈ, ਸ਼ੁਭ ਗੁਣਾਂ ਵੱਲੋਂ ਮਰ ਚੁੱਕਾ ਹੋਇਆ ਹੈ, ਇਨਸਾਨੀਅਤ ਵੱਲੋਂ ਮਰ ਚੁੱਕਾ ਹੋਇਆ ਹੈ। ਵਾਸ਼ਨ ਦੇ ਪੱਥਰ ਸਾਡੇ ਜੀਵਨ ਨਾਲ ਬੱਝੇ ਪਏ ਹੋਏ ਨੇ, ਅਤੇ ਅਸੀਂ ਸੰਸਾਰ ਸਾਗਰ ਨੂੰ ਪਾਰ ਕਰਦੇ ਹਾਂ, ਸੰਸਾਰ ਸਾਗਰ 'ਚ ਡੁੱਬ ਰਹੇ ਹਾਂ। ਇਹ ਗੱਲ ਮੈਂ ਨਹੀਂ ਕਹਿ ਰਿਹਾ, ਗੁਰੂ ਨਾਨਕ ਪਾਤਸ਼ਾਹ ਕਹਿ ਰਹੇ ਨੇ, ਰੋਜ਼ ਕਹਿ ਰਹੇ ਨੇ, ਹਮ ਦੇਖਾ ਤੈ ਡੂਬਿਆ ਨੇ। ਮੈਂ ਦੇਖ ਰਿਹਾ ਵਾਂ ਕਿ ਜੀਵਨ ਦੇ ਨਾਲ ਵਾਸ਼ਨਾ ਦੇ ਪੱਥਰ ਬੰਨੇ ਹੋਏ ਨੇ, ਜੀਵਨ ਵਾਸ਼ਨਾ ਦੇ ਪੱਥਰ ਵਿੱਚ ਬੱਝਾ ਹੋਇਆ ਹੈ, ਅਤੇ ਸੰਸਾਰ ਸਾਗਰ 'ਚ ਡੁੱਬਦਾ ਪਿਆ। ਜਿਤਨਾ ਚਿਰ ਤੱਕ ਮਨ ਵਾਸ਼ਨਾ ਦੇ ਵਿੱਚ ਆ, ਉਤਨਾ ਚਿਰ ਤੱਕ ਅਸੀਂ ਸੰਸਾਰ ਸਾਗਰ ਤੋਂ ਪਾਰ ਨਹੀਂ ਹੋ ਸਕਦੇ। ਸੋ ਰੱਬੀ ਮਲਾਪ ਦੇ ਲਈ ਪ੍ਰੇਮ ਦੇ ਮਾਰਗ 'ਤੇ ਚੱਲਦਿਆਂ ਸਾਨੂੰ ਆਪਣੇ ਮਨ ਨੂੰ ਵਾਸ਼ਨਾ ਤੋਂ ਮੁਕਤ ਕਰਨਾ ਪਵੇਗਾ। ਵਾਸ਼ਨਾ ਤੋਂ ਸਾਨੂੰ ਆਜ਼ਾਦ ਕਰਾਉਣਾ ਪਵੇਗਾ, ਸਾਨੂੰ ਆਪਣਾ ਮਨ ਸ਼ੁੱਧ ਅਤੇ ਪਵਿੱਤਰ ਬਣਾਉਣਾ ਪਵੇਗਾ। ਮਹਾਤਮਾ ਬੁੱਧ ਜੀ ਦੇ ਕੋਲ ਇੱਕ ਵਿਅਕਤੀ ਦੌੜਿਆ ਦੌੜਿਆ ਆ ਕੇ ਆਖਦਾ, ਮਹਾਤਮਾ ਬੁੱਧ ਜੀ ਮੇਰਾ ਮਨ ਸ਼ਾਂਤ ਨਹੀਂ ਹੁੰਦਾ। ਮਹਾਤਮਾ ਬੁੱਧ ਜੀ ਕਹਿਣ ਲੱਗੇ, ਬੈਠ ਜਾ।
ਕਹਿਣ ਲੱਗਾ ਬੈਠਣ ਦਾ ਸਮਾਂ ਨਹੀਂ ਹੈ, ਇੱਕ ਸਾਹਿਬ ਤੋਂ ਭਟਕਰਿਆ ਵਾ, ਮਨ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰ ਰਿਹਾ ਪਰ ਮਨ ਸ਼ਾਂਤ ਹੋ ਹੀ ਨਹੀਂ ਰਿਹਾ। ਮਹਾਤਮਾ ਗੁਰੂ ਜੀ ਕਹਿਣ ਲੱਗੇ ਫਿਰ ਮਨ ਨੂੰ ਸ਼ਾਂਤ ਕਰਨ ਲਈ ਕੀਤਾ ਕੀ? ਕਹਿੰਦਾ ਜੰਗਲਾਂ 'ਚ ਗਿਆ ਵਾ, ਬੜੀਆਂ ਸਾਧਨਾਵਾਂ ਕੀਤੀ ਨੇ, ਬੜੇ ਤਪ ਕੀਤੇ ਨੇ ਪਰ ਮਨ ਸ਼ਾਂਤ ਨਹੀਂ ਹੋ ਰਿਹਾ। ਮਹਾਤਮਾ ਗੁਰੂ ਜੀ ਕਹਿਣ ਲੱਗੇ ਜੰਗਲ ਦੇ ਵਿੱਚ ਕੋਈ ਤੂੰ ਅਜਿਹਾ ਪੇੜ ਦੇਖਿਆ ਹੈ, ਅਜਿਹਾ ਰੁੱਖ ਦੇਖਿਆ ਹੈ ਜਿਹਦੇ ਥੱਲੇ ਅੱਗ ਬਲਦੀ ਹੋਏ ਅਤੇ ਜਿਹਦੇ ਤਣੇ ਨੂੰ ਅੱਗ ਨੇ ਪਕੜ ਲਿਆ ਹੋਵੇ ਅਤੇ ਜਿਹਦੇ ਪੱਤੇ ਅੱਗ ਨਾਲ ਝੁਲਸ ਰਹੇ ਹੋਣ ਅਤੇ ਜਿਹੜੀਆਂ ਟਾਹਣੀਆਂ ਅੱਗ ਨਾਲ ਸੜ ਰਹੀਆਂ ਹੋਣ, ਉਹਨਾਂ ਟਾਹਣੀਆਂ ਦੇ ਉੱਪਰ ਪੰਛੀ ਬੈਠ ਕੇ ਪ੍ਰੇਮ ਦੇ ਗੀਤ ਗਾ ਰਹੇ ਹੋ, ਕਦੀ ਤੂੰ ਦੇਖਿਆ ਕਿ ਰੁੱਖ ਨੂੰ ਅੱਗ ਲੱਗੀ ਹੋਵੇ, ਪੱਤੇ ਸੜ ਰਹੇ ਹੋਣ, ਟਾਹਣੀਆਂ ਸੜ ਰਹੀਆਂ ਹੋਣ ਤਾਂ ਉਹਨਾਂ ਉੱਤੇ ਪੰਛੀ ਬਹਿ ਕੇ ਪ੍ਰੇਮ ਦੇ ਗੀਤ ਗਾ ਰਹੇ ਹੋਣ? ਕੋਈ ਅਜਿਹਾ ਰੁੱਖ ਵੇਖਿਆ ਜੰਗਲ 'ਚ ਭਟਕਦੇ ਆ? ਕਹਿਣ ਲੱਗਾ ਨਹੀਂ ਦੇਖਿਆ। ਤੇ ਮਹਾਤਮਾ ਗੁਰੂ ਜੀ ਕਹਿਣ ਲੱਗੇ ਜੀਵਨ ਇੱਕ ਰੁੱਖ ਏ, ਇਸ ਰੁੱਖ ਨੂੰ ਵਾਸ਼ਨਾ ਰੂਪ ਅੱਗ ਲੱਗੀ ਹੋਈ ਏ ਤੇ ਇਸ ਰੁੱਖ ਦੇ ਉੱਪਰ ਮਨ ਰੂਪ ਪੰਛੀ ਕਿਵੇਂ ਬੈਠ ਸਕਦਾ ਹੈ? ਇਸ ਜੀਵਨ ਦੇ ਉੱਪਰ, ਇਸ ਜੀਵਨ ਰੂਪ ਰੁੱਖ ਦੇ ਉੱਪਰ ਮਨ ਰੂਪ ਪੰਛੀ ਕਿਵੇਂ ਬੈਠ ਕੇ ਪ੍ਰੇਮ ਦੇ ਗੀਤ ਗਾ ਸਕਦਾ ਹੈ? ਗਾਏਗਾ ਨਹੀਂ ਗਾਏਗਾ? ਪਹਿਲਾਂ ਉਸ ਅੱਗ ਨੂੰ ਬਜਾਉਣਾ ਹੋਵੇ, ਕਿਉਂਕਿ ਪੰਛੀ ਉਸੇ ਹੀ ਰੁੱਖ ਦੇ ਗੀਤ ਗਾਉਂਦੇ ਨੇ ਜਿਹੜਾ ਰੁੱਖ ਹਰਿਆ ਭਰਿਆ ਹੋਵੇ, ਜਿਹਦੇ 'ਤੇ ਫਲ ਲੱਗੇ ਹੋਣ, ਉਸੇ ਹੀ ਬ੍ਰਿਕਸ਼ 'ਤੇ ਬੈਠ ਕੇ ਪੰਛੀ ਗੀਤ ਗਾਇਆ ਕਰਦੇ ਨੇ, ਨੱਚਦੇ ਨੇ, ਟੱਪਦੇ ਨੇ ਅਤੇ ਖੁਸ਼ੀ ਮਹਿਸੂਸ ਕਰਦੇ ਨੇ। ਪਰ ਤੇਰੇ ਜੀਵਨ ਰੂਪ ਰੁੱਖ ਨੂੰ ਤਾਂ ਅੱਗ ਲੱਗੀ ਹੋਈ ਹੈ ਅਤੇ ਤੂੰ ਕਹਿ ਰਿਹਾ ਕਿ ਇਹਦੇ ਉੱਪਰ ਮਨ ਰੂਪ ਪੰਛੀ ਬੈਠ ਕੇ ਗੀਤ ਗਾਏ, ਇਹ ਅਸੰਭਵ ਹੈ, ਇਹ ਨਹੀਂ ਹੋ ਸਕਦਾ। ਪਹਿਲਾਂ ਉਸ ਅੱਗ ਨੂੰ ਬਜਾਉਣਾ ਹੋਵੇ, ਪਹਿਲਾਂ ਅੰਦਰ ਦੀ ਵਾਸ਼ਨਾ ਨੂੰ ਖਤਮ ਕਰਨਾ ਹੋਵੇਗਾ, ਆਪਣੇ ਮਨ ਨੂੰ ਸ਼ੁੱਧ ਬਣਾਉਣਾ ਹੋਵੇਗਾ। ਇਹੀ ਗੱਲ ਤਾਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਸੁਲਤਾਨਪੁਰ ਦੀ ਧਰਤੀ 'ਤੇ ਸਮਝਾਈ। ਜਦੋਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਨਾਰਾ ਮਾਰਿਆ ਸੀ, ਨਾ ਕੋਈ ਹਿੰਦੂ ਨਾ ਮੁਸਲਮਾਨ, ਅਤੇ ਸਤਿਗੁਰ ਸੱਚੇ ਪਾਤਸ਼ਾਹ ਨੇ ਕਿਹਾ ਜੇ ਕੋਈ ਹਿੰਦੂ ਨਹੀਂ ਹੈ, ਕੋਈ ਮੁਸਲਮਾਨ ਨਹੀਂ, ਸਾਡੇ ਨਾਲ ਨਮਾਜ਼ ਅਦਾ ਕਰਨ ਲਈ ਚੱਲੋ, ਮੈਂ ਸਾਥੀ ਦੇ ਵਿਸਤਾਰ 'ਚ ਨਹੀਂ ਜਾਣਾ, ਜੋ ਸਾਥੀ ਦਾ ਮੈਸੇਜ ਹੈ ਉਹਨੂੰ ਸਮਝਣ ਦਾ ਯਤਨ ਕਰਨਾ ਹੈ। ਅਸੀਂ ਸਾਥੀ ਨੂੰ ਇੱਥੇ ਹੀ ਜਾ ਕੇ ਸਮੇਟ ਦਿੱਤਾ ਕਿ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਪਰਮਾਤਮਾ ਦੀ ਭਗਤੀ ਵਿੱਚ ਧਿਆਨ ਹੋਣਾ ਚਾਹੀਦਾ, ਪਰ ਜੋ ਗੁਰੂ ਨਾਨਕ ਪਾਤਸ਼ਾਹ ਮੈਸੇਜ ਦੇਣਾ ਚਾਹੁੰਦੇ ਉਸ ਵੱਲ ਧਿਆਨ ਨਹੀਂ ਦਿੱਤਾ। ਸਤਿਗੁਰ ਸੱਚੇ ਪਾਤਸ਼ਾਹ ਨਮਾਜ਼ ਅਦਾ ਕਰਨ ਲਈ ਗਏ ਨੇ, ਪਰ ਨਮਾਜ਼ ਨਾ ਅਦਾ ਕਰਕੇ ਮੇਰੇ ਮਾਲਕ ਪਿਤਾ ਨੇ ਗੱਲ ਨੂੰ ਸਮਝਾ ਦਿੱਤਾ। ਕਹਿਣ ਲੱਗੇ ਸੱਜਣਾ ਨਮਾਜ਼ ਅਦਾ ਕੀਤੀ ਕੱਲ ਹੀ ਜਾਣੀ, ਅਸੀਂ ਪੜ੍ਹ ਕੱਲ ਹੀ ਕਰਦੇ, ਪਰਮਾਤਮਾ ਨੂੰ ਯਾਦ ਕਰਦੇ, ਅਤੇ ਯਾਦ ਉਸੇ ਨੂੰ ਕੀਤਾ ਜਾਂਦਾ ਜਿਹਦੇ ਨਾਲ ਪਿਆਰ ਹੋਵੇ, ਅਤੇ ਨਮਾਜ਼ ਤਾਂ ਅਦਾ ਕੀਤੀ ਜਾਣੀ ਸੀ ਪਰਮਾਤਮਾ ਨੂੰ ਯਾਦ ਕਰਨ ਲਈ ਕਿ ਸਾਡਾ ਤੇਰੇ ਨਾਲ ਪਿਆਰ ਹੈ, ਪਰ ਸਾਡੇ ਅੰਦਰ ਤਾਂ ਪਿਆਰ ਤਾਂ ਕੋਈ ਹੈ ਨਹੀਂ, ਸਾਡੇ ਅੰਦਰ ਵਾਸ਼ਨਾ ਹੈ, ਵਾਸ਼ਨਾ ਦੇ ਕਾਰਨ ਸਾਡੇ ਮਨ 'ਚ ਹੋਰ ਹੀ ਖਿਆਲ ਚੱਲਦੇ। ਸਾਡੇ ਮਨ ਦੇ ਅੰਦਰ ਸੰਸਾਰ ਦੇ ਖਿਆਲ ਚੱਲ ਰਹੇ ਨੇ, ਦੁਨੀਆਦਾਰੀ ਦੇ ਖਿਆਲ ਚੱਲ ਰਹੇ ਨੇ, ਅਤੇ ਜਿਤਨਾ ਚਿਰ ਤੱਕ ਖਿਆਲ ਚੱਲਦੇ ਰਹੇ ਨੇ ਉਨਾ ਚਿਰ ਤੱਕ ਮਨ ਸ਼ੁੱਧ ਨਹੀਂ ਜੀ ਕੋਈ ਵੀ। ਉਹਨਾਂ ਸਭ ਤੋਂ ਪਹਿਲਾਂ ਆਪਣੇ ਮਨ ਅੰਦਰੋਂ, ਆਪਣੇ ਮਨ ਅੰਦਰੋਂ ਇਹਨਾਂ ਵਾਸ਼ਨਾ ਨੂੰ ਕੱਢਣਾ ਹੋਵੇਗਾ। ਅਸੀਂ ਅਕਸਰ ਆਖਦੇ ਨੇ ਮੈਂ ਪਰਮਾਤਮਾ ਨੂੰ ਸੱਚੇ ਦਿਲ ਨਾਲ ਯਾਦ ਕਰਦਾ, ਮੈਂ ਜਦੋਂ ਪਾਠ ਕਰਦਾ, ਮੈਂ ਭਜਨ ਕਰਦਾ, ਮੈਂ ਬੰਦਗੀ ਕਰਦਾ, ਮੈਂ ਸੱਚੇ ਦਿਲੋਂ ਕਰਦਾ। ਤਾਂ ਕਈ ਲੋਕ ਇਹ ਵੀ ਗੱਲ ਕਹਿ ਦਿੰਦੇ ਨੇ ਕਿ ਮੈਂ ਆਪਣੇ ਮਨ ਨੂੰ ਪਵਿੱਤਰ ਬਣਾਉਣ ਲਈ, ਆਪਣੇ ਮਨ ਨੂੰ ਸਾਫ਼ ਕਰਨ ਲਈ ਪਰਮਾਤਮਾ ਦਾ ਭਜਨ ਕਰਦਾ ਵਾਂ, ਪਾਠ ਕਰਦਾ ਵਾਂ, ਨਿਤਨੇਮ ਕਰਦਾ ਵਾਂ, ਕੀਰਤਨ ਸੁਣਦਾ, ਗੁਰਬਾਣੀ ਪੜ੍ਹਦਾ ਵਾਂ। ਹਰ ਇੱਕ ਦੁਨੀਆ ਦਾ ਧਰਮ ਦਾ ਬੰਦਾ ਕਹਿ ਰਿਹਾ, ਪਰ ਜਿਉਂ ਹੀ ਭਜਨ ਕਰਕੇ, ਜਿਉਂ ਹੀ ਪਾਠ ਕਰਕੇ, ਜਿਉਂ ਹੀ ਬੰਦਗੀ ਕਰਕੇ, ਜਿਉਂ ਹੀ ਸਮਾਧੀ ਲਾ ਕੇ ਉੱਠਦੇ ਹਾਂ ਅਤੇ ਸਾਡੀ ਮੰਗ ਤਿਆਰ ਹੁੰਦੀ ਹੈ ਪਰਮਾਤਮਾ ਦੇ $5,00,000 ਦਾ ਪ੍ਰਬੰਧ ਕਰ ਦੇਵੇ, ਨਵਾਂ ਘਰ ਖਰੀਦਾਂ, ਬਿਜ਼ਨਸ ਸੈੱਟ ਕਰ ਲਵਾਂ, ਹੇ ਪਰਮਾਤਮਾ ਮੇਰੇ ਧੀਆਂ ਪੁੱਤਰ ਜਵਾਨ ਹੋ ਗਏ ਨੇ, ਦੋਨਾਂ ਵਾਸਤੇ ਕੋਈ ਚੰਗਾ ਵਰ ਕੰਨਿਆ ਮਿਲ ਜਾਵੇ, ਹੇ ਪਰਮਾਤਮਾ ਮੈਨੂੰ ਕੋਈ ਚੰਗੀ ਨੌਕਰੀ ਮਿਲ ਜਾਵੇ, ਹੇ ਪਰਮਾਤਮਾ ਮੇਰਾ ਬਿਜ਼ਨਸ ਸੈੱਟ ਹੋ ਜਾਏ, ਹੇ ਪਰਮਾਤਮਾ ਮੈਨੂੰ ਕਿਸੇ ਵੱਡੇ ਦੇਸ਼ ਵਿੱਚ PR ਮਿਲ ਜਾਏ। ਭਜਨ ਅਜੇ ਖਤਮ ਨਹੀਂ ਹੋਇਆ, ਨਿਤਨੇਮ ਅਜੇ ਖਤਮ ਨਹੀਂ ਹੋਇਆ, ਪਾਠ ਜੇ ਖਤਮ ਨਹੀਂ ਹੋਇਆ, ਨਾਲ ਹੀ ਅਸੀਂ ਆਪਣੀ ਮੰਗ ਰੱਖ ਦਿੱਤੀ। ਇਹ ਸਾਰੀਆਂ ਮੰਗਾਂ ਉਹ ਕਟਾਣੂ ਨੇ ਜੋ ਸਾਡੇ ਪ੍ਰੇਮ ਦੇ ਤਜ਼ਰਬੇ ਨੂੰ ਸਫਲ ਨਹੀਂ ਹੋਣ ਦਿੰਦੇ। ਇਹ ਸਾਰੀਆਂ ਮੰਗਾਂ ਵਾਸ਼ਨਾ ਦੇ ਰੂਪ 'ਚ ਕਟਾਣੂ ਨੇ। ਖਿਆਲ ਕਰਨਾ,
ਜਿਸ ਹੋਸਪਿਟਲ ਦੇ ਆਪਰੇਸ਼ਨ ਥੀਏਟਰ ਦੇ ਵਿੱਚ ਆਪਰੇਸ਼ਨ ਕੀਤਾ ਜਾਣਾ ਹੋਵੇ ਨਾ, ਉੱਥੋਂ ਦੇ ਡਾਕਟਰ ਭਾਵੇਂ ਕਿੰਨੇ ਵੀ ਵਧੀਆ ਕਿਉਂ ਨਾ ਹੋਣ, ਦਵਾਈ ਕਿੰਨੀ ਵੀ ਵਧੀਆ ਕਿਉਂ ਨਾ ਹੋਵੇ, ਮਸ਼ੀਨਾਂ ਕਿੰਨੀਆਂ ਵੀ ਵਧੀਆ ਕਿਉਂ ਨਾ ਹੋਵੇ, ਉਸ ਆਪਰੇਸ਼ਨ ਥੀਏਟਰ ਦੇ ਅੰਦਰ ਆਪਰੇਸ਼ਨ ਕਰਨ ਤੋਂ ਪਹਿਲਾਂ ਜੇਕਰ ਉਸ ਆਪਰੇਸ਼ਨ ਥੀਏਟਰ ਨੂੰ ਕੀਟਾਣੂ ਰਹਿਤ ਨਹੀਂ ਕੀਤਾ ਜਾਂਦਾ ਤਾਂ ਆਪਰੇਸ਼ਨ ਕਾਮਯਾਬ ਨਹੀਂ ਹੋਵੇਗਾ। ਅਸੀਂ ਜਦੋਂ ਪਾਠ ਕਰਦੇ ਸਾਡੀ ਮੰਗ ਤਿਆਰ ਹੁੰਦੀ, ਮੰਗਾਂ ਵਾਸ਼ਨਾ ਤੇ ਮਨ ਵਾਸ਼ਨਾ ਨਾਲ ਲਿਬੜਿਆ ਤਾਂ ਗੱਲ ਅਸੀਂ ਪ੍ਰੇਮ ਦੇ ਮਾਰਗ ਤੇ ਚੱਲਣ ਦੀ ਕਰ ਰਹੇ। ਪ੍ਰੇਮ ਦੇ ਮਾਰਗ ਤੇ ਚੱਲਦੇ ਹਾਂ ਤਾਂ ਮੰਗ ਇੱਕ ਹੀ ਹੋਣੀ ਚਾਹੀਦੀ, ਹੈ ਪਰਮਾਤਮਾ ਮੈਨੂੰ ਤੇਰੇ ਨਾਲ ਪਿਆਰ ਹੈ, ਮੈਨੂੰ ਕਿਸੇ ਹੋਰ ਚੀਜ਼ ਨਾਲ ਪਿਆਰ ਨਹੀਂ ਹੈ, ਮੇਰੇ ਮਨ 'ਚ ਸਿਰਫ ਤੇਰਾ ਖਿਆਲ ਹੈ, ਹੋਰ ਕਿਸੇ ਦਾ ਖਿਆਲ ਨਹੀਂ, ਮੈਂ ਤੈਨੂੰ ਪਿਆਰ ਕਰਦਾ ਵਾਂ। ਤੇ ਜਦੋਂ ਅਸੀਂ ਇਹ ਗੱਲ ਪ੍ਰੇਮ ਭਾਵਨਾ ਦੇ ਵਿੱਚ ਖਾਵਾਂਗੇ, ਪਰਮਾਤਮਾ ਮੈਂ ਤੈਨੂੰ ਪਿਆਰ ਕਰਦਾ, ਮੈਂ ਤੈਨੂੰ ਮਿਲਣਾ ਚਾਹੁੰਦਾ ਵਾਂ, ਉਦੋਂ ਸਾਡਾ ਮਿਲਾਪ ਹੋਵੇਗਾ, ਕਿਉਂਕਿ ਪਰਮਾਤਮਾ ਪ੍ਰੇਮ ਦੇ ਬਦਲੇ ਪ੍ਰੇਮ ਮੰਗਦਾ ਹੈ। ਗੋਬਿੰਦ ਭਾਉ ਭਗਤ ਕਾ ਭੁੱਖਾ। ਪਰ ਸਾਡਾ ਪਿਆਰ ਪਤਾ ਕਿਹੋ ਜਿਹਾ ਹੈ, ਸਾਡਾ ਪਿਆਰ ਕਿਹੋ ਜਿਹਾ ਹੈ, ਕੀ ਸਾਡਾ ਪਰਮਾਤਮਾ ਨਾਲ ਪਿਆਰ ਹੈ? ਇੱਕ ਛੋਟੀ ਜਿਹੀ ਐਗਜ਼ੈਂਪਲ ਰਾਹੀਂ ਅਸੀਂ ਸਮਝਣ ਦਾ ਯਤਨ ਕਰਾਂਗੇ। ਇੱਕ ਪੁੱਤਰ ਆਪਣੇ ਬਾਪ ਨੂੰ ਕਹਿ ਰਿਹਾ ਸੀ, ਪਿਤਾ ਜੀ ਮੈਂ ਤੁਹਾਡੇ ਨਾਲ ਬਹੁਤ ਪਿਆਰ ਕਰਦਾ ਹਾਂ, ਮੈਂ ਤੁਹਾਡੀ ਬਹੁਤ ਸੇਵਾ ਕਰਨ ਵਿੱਚ ਮੇਰੀ ਰੁਚੀ ਹੈ, ਮੇਰਾ ਸਾਰਾ ਕੁਝ ਤੁਸੀਂ ਜੋ, ਮੈਂ ਤੁਹਾਡੇ ਤੋਂ ਬਿਨਾਂ ਜਿੰਦਾ ਨਹੀਂ ਰਹਿ ਸਕਦਾ, ਮੈਨੂੰ ਸਿਰਫ ਤੁਹਾਡਾ ਪਿਆਰ ਹੀ ਚਾਹੀਦਾ, ਹੋਰ ਕੁਝ ਨਹੀਂ ਚਾਹੀਦਾ, ਮੈਂ ਤੁਹਾਨੂੰ ਪਿਆਰ ਕਰਦਾ ਹਾਂ। ਪਿਤਾ ਨੇ ਸੋਚਿਆ ਫਿਰ ਧੰਨ ਦੌਲਤ ਦਾ ਫਾਇਦਾ ਤਾਂ ਕੋਈ ਹੈ ਨਹੀਂ, ਉਹਨੇ ਆਪਣੀ ਸਾਰੀ ਪ੍ਰੋਪਰਟੀ, ਸਾਰੀ ਜ਼ਮੀਨ ਜਾਇਦਾਦ ਲੋੜਵੰਦਾਂ ਗਰੀਬਾਂ ਨੂੰ ਨਿਆਸਰਿਆਂ ਨੂੰ ਦੇ ਦਿੱਤੀ। ਜਦੋਂ ਇਸ ਗੱਲ ਦਾ ਪੁੱਤਰ ਨੂੰ ਪਤਾ ਲੱਗਾ, ਪੁੱਤਰ ਪਿਓ ਨੂੰ ਜਾਨੋ ਮਾਰਨ ਲਈ ਤਿਆਰ ਹੋ ਗਿਆ, ਪੁੱਤਰ ਪਿਓ ਨੂੰ ਜਾਨੋ ਮਾਰਨ ਲਈ ਤਿਆਰ ਹੋ ਗਿਆ। ਲੋਕ ਵੇਖ ਕੇ ਹੈਰਾਨ ਸਨ, ਕੀ ਇਹ ਪਿਆਰ, ਕੀ ਇਹ ਸੱਚਾ ਪਿਆਰ ਹੈ? ਨਹੀਂ, ਇਹ ਪਿਓ ਨਾਲ ਪਿਆਰ ਨਹੀਂ ਸੀ, ਖਿਆਲ ਕਰਨਾ, ਪਿਓ ਨਾਲ ਪਿਆਰ ਨਹੀਂ ਸੀ, ਇਹ ਤਾਂ ਪਿਓ ਦੀ ਜਾਇਦਾਦ ਨਾਲ ਪਿਆਰ ਸੀ, ਉਹਦੇ ਬੈਂਕ ਬੈਲੈਂਸ ਨਾਲ ਪਿਆਰ ਸੀ। ਅਸੀਂ ਆਪਣੇ ਪਿਆਰ ਦਾ ਇਜ਼ਹਾਰ ਕਰਦੇ, ਸਾਡਾ ਬੰਦੇ ਨਾਲ ਪਿਆਰ ਨਹੀਂ ਹੁੰਦਾ, ਸਾਡਾ ਹੋਰ ਕਿਸੇ ਨਾਲ, ਉਹਦੇ ਨਾਲ ਜੋ ਸੰਬੰਧਿਤ ਚੀਜ਼ਾਂ ਨੇ, ਜੋ ਧਨ ਪਦਾਰਥ ਨੇ, ਸਾਡਾ ਪਿਆਰ ਉਹਦੇ ਨਾਲ, ਸਾਡਾ ਪਰਮਾਤਮਾ ਨਾਲ ਪਿਆਰ ਨਹੀਂ। ਜੋ ਮਾਫ਼ ਕਰਨਾ, ਜਿਹਨਾਂ ਦਾ ਪਰਮਾਤਮਾ ਨਾਲ ਪਿਆਰ ਹੈ, ਭਾਗਾਂ ਵਾਲੇ ਨੇ, ਸਾਡਾ ਪਰਮਾਤਮਾ ਨਾਲ ਪਿਆਰ ਨਹੀਂ ਜੋ, ਸਾਡਾ ਤਾਂ ਪਰਮਾਤਮਾ ਦੀਆਂ ਤਾਕਤਾਂ ਨਾਲ, ਪਰਮਾਤਮਾ ਦੀਆਂ ਦਾਤਾਂ ਨਾਲ ਪਿਆਰ ਹੈ। ਇਸੇ ਕਰਕੇ ਮੇਰੇ ਹਜ਼ੂਰ ਬੇਟਾ ਨੂੰ ਕਹਿਣਾ ਪਿਆ, ਦਾਤ ਪਿਆਰੀ ਮਿਸਰਿਆ ਦਿੱਤਾ, ਸਾਨੂੰ ਤਾਂ ਦਾਤਾਂ ਪਿਆਰੀ। ਇਸੇ ਕਰਕੇ ਬਾਰ ਬਾਰ ਪਰਮਾਤਮਾ ਨੂੰ ਆਖਦੇ ਹਾਂ, ਆਖੇ ਮੰਗੇ ਦੇ ਦੇ, ਦਾਤ ਕਰੇ ਦਾਤਾ। ਪਰਮਾਤਮਾ ਕੋਲ ਦਾਤਾਂ ਕਿਉਂ ਮੰਗਦੇ ਪਏ? ਕਿਉਂਕਿ ਦਾਤਾਂ ਨਾਲ ਪਿਆਰ, ਪਰਮਾਤਮਾ ਨਾਲ ਪਿਆਰ ਹੁੰਦਾ ਤਾਂ ਪਰਮਾਤਮਾ ਨੂੰ ਮੰਗਣਾ ਸੀ। ਮਲਾਨਾ ਰੂਮੀ ਜੀ ਨੇ ਬੜੇ ਕਮਾਲ ਦੇ ਬੋਲ ਕਹੇ ਨੇ, ਕਹਿਣ ਲੱਗੇ ਜੇਕਰ ਖੁਦਾ ਅੱਲਾ ਤਾਲਾ ਪਾਸੋਂ ਕੁਝ ਮੰਗਣ ਦਾ ਮੌਕਾ ਮਿਲੇ ਤਾਂ ਉਹਦਾ ਦੀਦਾਰ ਮੰਗਣਾ, ਕਿਉਂਕਿ ਜੇ ਖੁਦਾ ਮਿਲ ਗਿਆ ਤਾਂ ਸਾਰਾ ਕੁਝ ਆਪਣੇ ਆਪ ਮਿਲ ਜਾਏ। ਗੁਰਬਾਣੀ ਸਾਨੂੰ ਇਹ ਗੱਲ ਕਰੀ ਰਹੀ ਹੈ, ਸਭ ਵਡਿਆਈਆਂ ਨਾਮ ਵਿੱਚ, ਕਿ ਜਿੰਨੀਆਂ ਵੀ ਦਾਤਾਂ ਨੇ ਪਰਮਾਤਮਾ ਦੇ ਨਾਮ ਵਿੱਚ ਨੇ, ਮੇਰੇ ਮਨ ਭਜ ਰਾਮ ਨਾਮ ਸਭ ਅਰਥਾ, ਸਾਰੇ ਪਦਾਰਥ ਪਰਮਾਤਮਾ ਦੇ ਨਾਮ ਵਿੱਚ ਨੇ, ਕਦੇ ਉਹ ਮੰਗਿਆ ਹੀ ਨਹੀਂ। ਅਰਦਾਸ ਚ ਮੰਗਦੇ ਆ, ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਕਿਤੇ ਇਸ ਮੰਗ ਨੂੰ ਵਿਸ਼ੇਸ਼ ਰੂਪ ਵਿੱਚ ਆ ਕੇ ਨਹੀਂ ਜੇ ਮੰਗਿਆ, ਪਰਮਾਤਮਾ ਨੂੰ ਨਹੀਂ ਜੇ ਮੰਗਿਆ, ਕਿਤੇ ਪਰਮਾਤਮਾ ਨੂੰ ਮੰਗਿਆ ਹੁੰਦਾ ਨਾ ਤੇ ਪਰਮਾਤਮਾ ਮਿਲ ਜਾਂਦਾ ਸੀ। ਪਰਮਾਤਮਾ ਨੂੰ ਮੰਗਿਆ ਕਿਉਂ ਨਹੀਂ? ਕਿਉਂਕਿ ਪਰਮਾਤਮਾ ਨਾਲ ਪਿਆਰ ਕੋਈ ਨਹੀਂ ਸੀ, ਜਿਹਦੇ ਨਾਲ ਪਿਆਰ ਸੀ ਉਹਨੂੰ ਬਾਰ ਬਾਰ ਯਾਦ ਕਰ ਰਹੇ ਸੀ। ਯਾਦ ਅਤੇ ਪਿਆਰ ਦਾ ਬੜਾ ਡੂੰਘਾ ਸੰਬੰਧ ਜੇ ਇਹ ਧਿਆਨ 'ਚ ਰੱਖਣ, ਜਿਸ ਨੂੰ ਬਾਰ ਬਾਰ ਯਾਦ ਕੀਤਾ ਜਾਏ ਨਾ ਉਹ ਭੁੱਲਦਾ ਕੋਈ ਨਹੀਂ ਜੀ, ਉਹਦੇ ਨਾਲ ਪਿਆਰ ਪੈ ਜਾਂਦਾ, ਅਤੇ ਜਿਹਦੇ ਨਾਲ ਪਿਆਰ ਪੈ ਜਾਏ ਨਾ ਉਹ ਮਨ ਤੋਂ ਵਿਸਰਦਾ ਕਦੀ ਨਹੀਂ ਜੀ। ਹੁਣ ਸਾਡਾ ਪਿਆਰ ਪਰਮਾਤਮਾ ਨਾਲ ਨਹੀਂ ਪਿਆ, ਸਾਡਾ ਪਿਆਰ ਕਿਹਦੇ ਨਾਲ ਪਿਆ? ਉਹਦੀਆਂ ਦਾਤਾਂ ਨਾਲ ਪਿਆ। ਅਸੀਂ ਬਾਰ ਬਾਰ ਪਰਮਾਤਮਾ ਦੀਆਂ ਦਾਤਾਂ ਨੂੰ ਯਾਦ ਕਰਦੇ ਹਾਂ ਅਤੇ ਮਨ ਤੋਂ ਕਦੀ ਵੀ ਪਰਮਾਤਮਾ ਦੀ ਕੋਈ ਦਾਤ ਵਿਸਰ ਨਹੀਂ ਦਿੰਦੇ, ਤੇ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਨੂੰ ਕਹਿਣਾ ਪਿਆ, ਮਾਇਆ ਮਨੋ ਨਾ ਵਿਸਰੈ ਮੰਗੈ ਦਮਾ ਦਮ। ਹਰ ਇੱਕ ਸਾਹ ਨਾਲ ਮੰਗਦੇ ਪਏ ਹਾਂ, ਉਹ ਦਾਤ ਸਾਨੂੰ ਭੁੱਲਣ ਦਾ ਜ਼ਿਕਰ ਨਹੀਂ, ਭੁੱਲਣ ਦੀ ਸੰਭਾਵਨਾ ਨਹੀਂ ਪੈਦਾ ਹੁੰਦੀ ਕਿ ਦਾਤ ਦੇ ਸੰਬੰਧ 'ਚ ਅਸੀਂ ਭੁੱਲ ਜਾਈਏ। ਕਿਉਂ?
ਕਿਉਂਕਿ ਉਸ ਦਾਤ ਨੂੰ ਬਾਰ ਬਾਰ ਯਾਦ ਕਰਦੇ ਹਾਂ ਅਤੇ ਉਹਨੂੰ ਦਾਤ ਨੂੰ ਯਾਦ ਕਰਨ ਕਰਕੇ ਸਾਡਾ ਪਰਮਾਤਮਾ ਦੀਆਂ ਦਾਤਾਂ ਨਾਲ ਪਿਆਰ ਪੈ ਚੁੱਕਾ ਹੈ। ਪਰ ਕੁਝ ਕੁ ਲੋਕਾਂ ਨੂੰ ਸਮਝ ਆ ਗਈ ਕਿ ਪਰਮਾਤਮਾ ਸਾਨੂੰ ਸਾਰੀਆਂ ਦਾਤਾਂ ਦੇ ਰਿਹਾ ਹੈ। ਜੋ ਪਰਮਾਤਮਾ ਅੱਜ ਤੱਕ ਸਾਨੂੰ ਦਿੰਦਾ ਆ ਰਿਹਾ ਹੈ, ਅਸੀਂ ਉਹਦੇ ਕੋਲ ਲੈ ਕੇ ਖਾ ਰਹੇ ਹਾਂ, ਆਪਣਾ ਜੀਵਨ ਹੰਢਾ ਰਹੇ ਹਾਂ, ਉਹਦੇ ਬਦਲੇ ਸਾਨੂੰ ਕੀ ਕੁਝ ਦੇਣਾ ਚਾਹੀਦਾ ਹੈ। ਇਸ ਪੌੜੀ ਦੇ ਅੰਦਰ ਦੋ ਸਵਾਲ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੂੰ ਪੁੱਛੇ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ, ਇਹਦੇ ਬਦਲੇ ਸਾਨੂੰ ਦੇਣਾ ਕੀ ਚਾਹੀਦਾ ਕਿ ਜਿਹਦੇ ਸਦਕਾ ਸਾਨੂੰ ਪਰਮਾਤਮਾ ਦਾ ਦਰਬਾਰ ਦਿਸ ਪਵੇ। ਫਿਰ ਕਿ ਅੱਗੇ ਰੱਖੀਐ ਜਿੱਤ ਦਿਸੈ ਦਰਬਾਰ, ਮੂੰਹ ਤੇ ਬੋਲਣ ਬੋਲੀਐ ਜਿੱਤ ਸੁਣ ਧਰੇ ਪਿਆਰ। ਮੂੰਹ ਕਿਹੜੇ ਬੋਲ ਬੋਲੀਏ ਕਿ ਜਿਸ ਨੂੰ ਸੁਣ ਕੇ ਸਾਡੇ ਮਨ 'ਚ ਪਰਮਾਤਮਾ ਪ੍ਰਤੀ ਪਿਆਰ ਪੈਦਾ ਹੋ ਜਾਵੇ। ਪਰਮਾਤਮਾ ਅੱਗੇ ਕੀ ਰੱਪਣ ਕਰੀਏ, ਕਿਉਂਕਿ ਸਾਰਾ ਕੁਝ ਤਾਂ ਪਰਮਾਤਮਾ ਦਾ ਦਿੱਤਾ ਹੋਇਆ, ਤੇਰਾ ਕੀਆ ਤੁਝੇ ਕਿਆ। ਗੁਰੂ ਨਾਨਕ ਦਾ ਪਿਆਰ ਵਾਲਾ ਸਿੱਖ ਰੋਜ਼ ਪਾਵਨ ਬਾਣੀ ਪੜ੍ਹਦਾ ਹੈ, ਪਰ ਕਦੀ ਆਪਣੇ ਗੁਰੂ ਕੋਲੋਂ ਇਹ ਨਹੀਂ ਆ ਕੇ ਪੁੱਛਿਆ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ, ਕਿਹੜੀ ਚੀਜ਼ ਮੈਂ ਤੁਹਾਡੇ ਅਰਪਣ ਕਰਾਂ ਜਿਹਦੀ ਮੇਰੇ ਨਾਲ ਤੁਹਾਡੇ ਨਾਲ ਸਾਂਝ ਬਣ ਜਾਏ, ਕਿਹੜੀ ਚੀਜ਼ ਆ ਮੈਂ ਭੇਟਾ ਕਰਾਂ। ਠੀਕ ਹੈ, ਅਸੀਂ ਗੁਰਦੁਆਰੇ ਸਾਹਿਬ ਆਟਾ ਲੈ ਕੇ ਆਉਂਦੇ ਹਾਂ, ਦਾਲ ਲੈ ਕੇ ਆਉਂਦੇ ਹਾਂ, ਦੁੱਧ ਲੈ ਕੇ ਆਉਂਦੇ ਹਾਂ, ਲੰਗਰ 'ਚ ਵਰਤਿਆ ਜਾਂਦਾ, ਭਾਗਾਂ ਵਾਲੇ ਹਾਂ, ਅਸੀਂ ਆਪਣੇ ਦਸਾਂ ਨੂੰ ਉਹਨਾਂ ਦੀ ਕਿਰਤ ਕਮਾਈ ਨੂੰ ਸਭਨਿਆਂ ਕਰੀਏ, ਸਾਰਾ ਕੁਝ ਲੈ ਕੇ ਆਉਂਦੇ ਹਾਂ। ਇਹ ਤਾਂ ਸਰੀਰ ਦੀ ਲੋੜ ਸੀ ਨਾ, ਮਨ ਦੀ ਲੋੜ ਵਾਸਤੇ ਸਾਨੂੰ ਕੀ ਕੀਤਾ? ਹੇ ਸਤਿਗੁਰ ਸੱਚੇ ਪਾਤਸ਼ਾਹ ਜੀ, ਉਹ ਮੈਂ ਸਰੀਰ ਦੀ ਲੋੜ ਨੂੰ ਪੂਰਿਆਂ ਕਰਨ ਵਾਸਤੇ, ਸਰੀਰ ਨੂੰ ਰੁਚਕ ਦੇਣ ਲਈ, ਸਰੀਰ ਦੀ ਭੁੱਖ ਨੂੰ ਦੂਰ ਕਰਨ ਵਾਸਤੇ ਮੈਂ ਲੰਗਰ ਵਾਸਤੇ ਤਾਂ ਸਮਾਨ ਲੈ ਆਇਆ, ਪਰ ਜਿਸ ਮਨ ਨੂੰ ਭੁੱਖ ਲੱਗੀ ਹੋਈ ਹੈ ਤੇਰੇ ਨਾਮ ਦੀ, ਮੈਂ ਉਹਦੇ ਵਾਸਤੇ ਕੀ ਕੀਤਾ? ਸਾਚੇ ਨਾਮ ਕੀ ਲਾਗੇ ਭੁੱਖ, ਉਹਦੇ ਵਾਸਤੇ ਮੈਂ ਕੀ ਕੀਤਾ? ਮਾਫ ਕਰਨਾ, ਗੁਰਦੁਆਰੇ ਆਉਂਦੇ ਹਾਂ, ਗੁਰਦੁਆਰੇ ਆ ਕੇ ਆਟੇ ਦੀ ਥੈਲੀ ਰੱਖਦੇ ਹਾਂ, ਪਰ ਅਜੇ ਤੱਕ ਕਦੀ ਚੁੱਕ ਕੇ ਵਾਪਸ ਘਰ ਨਹੀਂ ਜੋ ਲੈ ਕੇ ਗਏ, ਕੋਈ ਲੈ ਕੇ ਗਿਆ? ਭਾਵੇਂ ਇੱਕ ਡਾਲਰ ਰੱਖੀਏ ਤੇ ਭਾਵੇਂ 10 ਸੈਂਟ ਰੱਖੀਏ, ਜਿਹੜੇ ਗੁਰੂ ਅੱਗੇ ਰੱਖ ਦਿੱਤੇ ਉਹ ਚੁੱਕ ਕੇ ਨਹੀਂ ਲੈ ਕੇ ਜਾਂਦੇ। ਪਰ ਜਦੋਂ ਗੁਰੂ ਨਾਨਕ ਦਾ ਪਿਆਰ ਵਾਲਾ ਗੁਰੂ ਪਾਤਸ਼ਾਹ ਦੇ ਅੱਗੇ ਮੱਥਾ ਟੇਕਦਾ ਹੈ ਨਾ, ਤੇ ਗੁਰੂ ਦੇ ਅੱਗੇ ਆਪਣੀ ਮੱਤ ਰੱਖ ਰਿਹਾ ਹੁੰਦਾ ਹੈ ਤੇ ਜਾਣ ਲੱਗਿਆ ਉਹੀ ਮੱਤ ਲੈ ਜਾਂਦਾ, ਗੁਰੂ ਦੀ ਮੱਤ ਲੈ ਕੇ ਨਹੀਂ ਜੇ ਜਾਂਦਾ। ਜੇ ਗੁਰੂ ਦੀ ਮੱਤ ਲੈ ਕੇ ਗਿਆ ਹੁੰਦਾ, ਇਹਨੂੰ ਪਤਾ ਲੱਗ ਜਾਣਾ ਸੀ ਮੇਰੇ ਗੁਰੂ ਨੇ ਕੀ ਕਿਹਾ ਹੈ ਕਿ ਪਰਮਾਤਮਾ ਨੂੰ ਕੀ ਅਰਪਣ ਕੀਤਾ ਜਾਣਾ ਚਾਹੀਦਾ। ਅੱਜ ਤੱਕ ਜੋ ਕੁਝ ਵੀ ਅਰਪਣ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਤੇ ਪਰਮਾਤਮਾ ਦਾ ਦਿੱਤਾ ਹੋਇਆ, ਤੇ ਪਰਮਾਤਮਾ ਦੇ ਦਿੱਤੇ ਹੋਏ ਵਿੱਚ ਪਰਮਾਤਮਾ ਨੂੰ ਅਰਪਣ ਕਰਨਾ ਕੋਈ ਸਮਝਦਾਰੀ ਵਾਲੀ ਗੱਲ ਨਹੀਂ ਹੈ। ਫਿਰ ਮੇਰਾ ਆਪਣਾ ਕੀ ਹੈ, ਫਿਰ ਮੇਰਾ ਆਪਣਾ ਕੀ ਜਿਹੜਾ ਮੈਂ ਪਰਮਾਤਮਾ ਨੂੰ ਅਰਪਣ ਕਰ ਸਕਾਂ? ਤੇ ਸਾਹਿਬ ਕਹਿਣ ਲੱਗੇ, ਤੇਰਾ ਜੇ ਕੋਈ ਹੈ ਨਾ ਉਹ ਇਹ ਮਨ। ਇਸੇ ਕਰਕੇ ਬਾਰ ਬਾਰ ਪਾਵਨ ਬਾਣੀ 'ਚ ਕਿਹਾ ਗਿਆ, ਮਨ ਵੇਚੇ ਸਤਿਗੁਰ ਕੇ ਪਾਸ, ਮਨ ਨੂੰ ਹੀ ਵੇਚ ਦੇ, ਮਨ ਅਰਪਣ ਕਰ ਦੇ। ਪਰ ਮਨ ਤਾਂ ਵਾਸ਼ਨਾ ਦੇ ਨਾਲ ਗੰਦਾ ਹੋਇਆ, ਕਾਮਨਾ ਦੇ ਨਾਲ ਲਿਬੜਿਆ ਪਿਆ ਹੋਇਆ, ਮਨ ਵਿੱਚ ਕਾਮ ਕ੍ਰੋਧ ਲੋਭ ਮੋਹ ਹੰਕਾਰ ਨਿੰਦਿਆ ਚੁਗਲੀ ਈਰਖਾ ਭਰੀ ਪਈ, ਕੀ ਗੰਦਾ ਮਨ ਪਰਮਾਤਮਾ ਨੂੰ ਅਰਪਣ ਕਰਾਂਗੇ? ਅੱਜ ਤੱਕ ਕਿਸੇ ਨੇ ਕਿਸੇ ਨੂੰ ਗੰਦਾ ਗਿਫਟ ਦਿੱਤਾ ਜਿਹੜਾ ਲਿਬੜਿਆ ਲਿਬੜਿਆ? ਨਹੀਂ, ਉਹ ਵੀ ਗਿਫਟ ਲੈਂਦੇ ਆ, ਪੈਕ ਕਰਵਾਉਂਦੇ ਆ ਵਧੀਆ ਪੇਪਰ ਦੇ ਵਿੱਚ, ਕਿਸੇ ਨੂੰ ਦੇਣ ਵਾਸਤੇ ਕੋਈ ਵੇਖੇ ਕਿ ਬੜੀ ਵਧੀਆ ਚੀਜ਼ ਦਿੱਤੀ ਹੈ। ਪਰ ਮਨ ਜਦੋਂ ਦੇਣ ਦੀ ਗੱਲ ਆਉਂਦੀ, ਮਨ ਤੇ ਵਾਸ਼ਨਾ ਨੂੰ ਲਿਬੜਿਆ ਹੋਇਆ, ਕਾਮਨਾ ਨਾਲ ਗੰਦਾ ਹੋਇਆ ਪਿਆ, ਵਿਕਾਰਾਂ ਨਾਲ ਲੱਥ ਪੱਥ ਹੋਇਆ ਪਿਆ ਹੈ, ਇਸ ਮਨ ਨੂੰ ਜੇਕਰ ਪਰਮਾਤਮਾ ਦੇ ਅੱਗੇ ਅਰਪਣ ਕਰਨਾ ਤੇ ਇਹਨੂੰ ਨਿਰਮਲ ਕਰਨਾ ਪਵੇਗਾ, ਇਹਦੇ ਅੰਦਰ ਪ੍ਰੇਮ ਪੈਦਾ ਕਰਨਾ ਪਵੇਗਾ, ਇਹਨੂੰ ਵਾਸ਼ਨਾ ਤੋਂ ਮੁਕਤ ਕਰਨਾ ਪਵੇਗਾ। ਤੇ ਮਨ ਨੂੰ ਵਾਸ਼ਨਾ ਤੋਂ ਮੁਕਤ ਕਰਨ ਲਈ, ਇਹਨਾਂ ਦਾ ਪ੍ਰੇਮ ਪੈਦਾ ਕਰਨ ਲਈ ਸਤਿਗੁਰ ਸੱਚੇ ਪਾਤਸ਼ਾਹ ਜੀ ਮੈਨੂੰ ਕੀ ਕਰਨਾ ਪਵੇਗਾ? ਤੇ ਸਾਹਿਬ ਕਹਿਣ ਲੱਗੇ, ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਚਾਰ। ਅੰਮ੍ਰਿਤ ਵੇਲਾ, ਅੰਮ੍ਰਿਤ ਵੇਲਾ ਕਿਸ ਨੂੰ ਕਿਹਾ ਜਾਂਦਾ? ਥੋੜਾ ਜਿਹਾ ਸਮਝਣ ਦਾ ਯਤਨ ਕਰੀ। ਦੋ ਵਿਦਵਾਨਾਂ ਨੇ ਅਰਥ ਕੀਤੇ ਨੇ ਅੰਮ੍ਰਿਤ ਵੇਲੇ ਦੇ। ਪਹਿਲਾ ਅਰਥ, ਸੂਰਜ ਚੜ੍ਹਨ ਤੋਂ ਇੱਕ ਪੈਰ ਪਹਿਲਾਂ ਦੇ ਸਮੇਂ ਨੂੰ ਅੰਮ੍ਰਿਤ ਵੇਲਾ ਕਿਹਾ ਜਾਂਦਾ ਹੈ, ਜੋ ਕਿ 2 ਜਾਂ 2:30 ਵਜੇ ਦਾ ਸਮਾਂ ਬਣਦਾ। ਠੀਕ ਹੈ, ਸੂਰਜ ਚੜ੍ਹਨ ਤੋਂ
एक पैर पहला दे समय नूं अमृत वेला कह जांदा है। उस समय उठ के भजन करना सिमरन करना दा बड़ा आनंद है। पढ़ाई करने वाले विद्यार्थी लिए वो समय बड़ा वधिया है। कसरत करने वाले इंसान वास्ते वो समय बड़ा वधिया है। होर दिमागी काम करने वाले व्यक्ति वास्ते वो समय बड़ा वधिया। तो लोग उस समय उठ के अजिहे धर्म कर्म करने पाठ पूजा करनी चंगी समझते ने, क्योंकि उस समय मन का टिकाव छेती हो जाता है। तो लोग उस समय उठन नूं चंगा गिणदे। असल विच इस समय उठन की परंपरा कदों पैदा हुई? अमृत वेले उठन की परंपरा कदों पैदा हुई? तो विद्वानों का मानना है जदों मनुख का जीवन केवल सूरज की रोशनी से निर्भर से, भाव जदों मनुख अपने जीवन के दौरान दिन के सारे कार विहार सूरज की रोशनी में करता सी, क्योंकि उसके कोल रोशनी का साधन कोई नहीं सी। ठीक है, तो सूरज चढ़न दे सार ही वह अपने कामकार करने शुरू कर देता सी। जदों सूरज डुबन लगता सी वह सारे अपने कामकार मुका के रोटी पानी खा पी के वह अपने बिस्तरे च जा आराम नहीं बैठता सी। हुण तां मनुख ने तरक्की बड़ी कर ली, सूरज छुप भी जाए वड्डियां वड्डियां लाइटां दा इंतजाम कर लिया, रात ही दिन चढ़ा देते, पता ही नहीं लगता कि दिन चढ़िया कि रात है। इहो जी तकनीक मनुख ने पैदा कर ली। तो उस समय मनुख का जीवन रोशनी ते निर्भर करता सी। तो मनुख ने सूरज की रोशनी दे विच सारे काम कार करके शाम को सूरज छुपन तो पहला पहला वह बिस्तर जा सकता सी रोटी पानी खा के। तुसीं आयो आयुर्वैदिक ग्रंथ पढ़ के देख लेना, उच्चे तंदुरुस्त शरीर को रखन वास्ते लिखा होया है कि सूरज छुपन तो एक घंटा डेढ़ घंटा पहला रोटी खा लेनी चंगी गल है। उदो मनुख खा लेंदे सन, क्योंकि रोटी पानी का काम सूरज के चानन च होया करता, अंधेरे तो हो नहीं सकता, कोई रोशनी का साधन कोई नहीं। हुण जिहड़ा बंदा 5 बजे या 5:30 बजे जिहड़ा बंदा सौ जाता सी, सुभाविक ही उहदी 2-2.5 बजे तक नींद पूरी हो जाती सी। तो जो नींद पूरी हो जाती सी तो उदो उठ खलोंदा सी, फिर वह अपनी इष्ट दे याद विच बंदगी विच सिमरन विच वह बैठ जाता सी, कोई समाधि च बैठ जाता सी, परमात्मा नूं याद करन लई बैठ जाता सी, कोई पढ़ाई लिखाई के काम विच बैठ जाता सी, कोई मन नूं टिकाउण वास्ते ध्यान विच बैठ जाता सी, क्योंकि समा बड़ा वधिया उहदे च मन बड़ा टिकदा। तो इथों ये परंपरा चल पई कि सवेरे उठ के एक कार्ज किया जाना चाहिए। एक तो अमृत वेले उठन का एक कार्ज, दूसरा विद्वाना ने अमृत के अर्थ किते ने मौत तो बिना, अमर के अर्थ मौत तो बिना, भाव अमर आ मर जिसनों असं अमर कह दें, असं आम कह दें तू तो अमर है तू थोड़ा मरना है, अमर का अर्थ जरा मरता नहीं। इस रूहे जमीन के अंदर न केवल तो केवल मनुख न अपनी मौत का अनुभव है, मनुख न पता मैं मर जाना, और किसी पशु पंक्षी जीव जंतु को नहीं पता कि मैं मरना भी। तो मनुख के मन में जो ख्याल आया कि मैं मर जाना वा, तो मनुख ने सोचा कि मैं कोई अजिही दवाई तैयार करा या अजिही चीज की भाल करा जिदे नाल मैं मरा ना सदा ही अमर हो जाऊँ। इसे ख्याल में मनुख ने आपे हयात को लभना शुरू करता, उस अमृत को लभना शुरू करता जिसन पी के मैं अमर हो जाऊँ। बड़िया कहानियां हो सुन ली मिली हो, पर उसन को अमृत नहीं मिले। गुरु पातशाह का पावन बाणी च भी आखते हैं सुरंदर मुंजन अमृत खोजते, देवी देवते भी सुमृत की भाल में खोज करते हैं कि सानू सदीवी जिंदगी वाला कोई अमृत मिल जाए जिन्हों पी के असं कभी भी ना मरिए जिंदे रहिए। पर जो पावन गुरबाणी पढ़ते हैं तो सतगुरु सच्चे पातशाह ने पावन बाणी में अमृत परमात्मा आख्या है, हर अमृत सज्जन पूरा। अमृत सतगुरु सच्चे पातशाह ने परमात्मा के नाम को आख्या। हुण हजूर पिता पावन बाणी में सानू समझाउणा है करदे ने, हे भाई मरना तो सारिया नहीं है, पर आत्मक जीवन की सूझ देण वाला परमात्मा का नाम रूप अमृत है। जे तू परमात्मा दे नाम रूप अमृत नूं प्राप्त कर लवे तां तैनूं सदीवी जिंदगी मिल जाएगी, भाव तू आत्मक जीवन जीउण दी जात प्राप्त कर लवेगा।
ਸੋ ਅਮਰਤ ਪਰਮਾਤਮਾ ਦਾ ਨਾਮ ਹੈ ਜੋ ਸਦੀਵੀ ਜ਼ਿੰਦਗੀ ਦੇਣ ਵਾਲਾ ਹੈ ਤੇ ਜਿਹੜਾ ਵੇਲਾ ਹੈ ਉਹਦਾ ਅਰਥ ਹੈ ਮਨੁੱਖਾ ਜਨਮ ਦਾ ਸਮਾਂ। ਇਹ ਜੋ ਮਨੁੱਖਾ ਜਨਮ ਦਾ ਮਿਲਿਆ ਹੋਇਆ ਸਮਾਂ ਹੈ ਨਾ, ਇਸ ਮਨੁੱਖਾ ਜਨਮ ਦੇ ਮਿਲੇ ਹੋਏ ਸਮੇਂ ਦੇ ਦੌਰਾਨ ਅਸਾਂ ਨੇ ਪਰਮਾਤਮਾ ਦੇ ਨਾਮ ਰੂਪ ਅੰਮ੍ਰਿਤ ਨੂੰ ਪੀ ਕੇ ਆਪਣੇ ਜੀਵਨ ਨੂੰ ਅੰਮ੍ਰਿਤਮਈ ਬਣਾਉਣਾ। ਆ ਜਿਹੜਾ ਸਵੇਰੇ ਉੱਠ ਕੇ ਪੰਜ ਬਾਣੀਆਂ ਦਾ ਨਿਤਨੇਮ ਕਰਦੇ ਹਾਂ, ਸਹਿਜ ਪਾਠ ਕਰਦੇ ਹਾਂ, ਕਥਾ ਸੁਣਦੇ ਹਾਂ, ਕੀਰਤਨ ਸੁਣਦੇ ਹਾਂ, ਇਹ ਤਾਂ ਅੰਮ੍ਰਿਤ ਦੇ ਚੂੜੇ ਪੀਣ ਦਾ ਯਤਨ ਹੈ। ਪੰਜ ਬਾਣੀਆਂ ਦਾ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਕਰਨਾ ਕੀ ਹੈ? ਅੰਮ੍ਰਿਤ ਪੀਣਾ ਹੈ। ਸਹਿਜ ਪਾਠ ਕਰਨਾ ਕੀ ਹੈ? ਅੰਮ੍ਰਿਤ ਪੀਣਾ ਹੈ। ਗੁਰਬਾਣੀ ਨੂੰ ਪੜ੍ਹਨਾ ਤੇ ਉਚਾਰਨਾ ਕੀ ਹੈ? ਨਾਮ ਰੂਪ ਅੰਮ੍ਰਿਤ ਨੂੰ ਪੀਣਾ ਹੈ। ਤਾਂ ਕਿ ਆਪਣੀ ਜ਼ਿੰਦਗੀ ਨੂੰ ਅੰਮ੍ਰਿਤਮਈ ਬਣਾ ਲਈਏ, ਆਪਣੇ ਜੀਵਨ ਨੂੰ ਅੰਮ੍ਰਿਤਮਈ ਬਣਾ ਲਈਏ। ਮਨੁੱਖਾ ਜਨਮ ਦਾ ਮਿਲਿਆ ਹੋਇਆ ਸਾਰੇ ਦਾ ਸਾਰਾ ਸਮਾਂ, ਭਾਵੇਂ 60 ਸਾਲ ਹੈ, ਭਾਵੇਂ 70 ਸਾਲ ਹੈ, ਭਾਵੇਂ 100 ਸਾਲ ਹੈ, ਇਹ ਸਾਰੇ ਦਾ ਸਾਰਾ ਜਿਹੜਾ ਸਮਾਂ ਹੈ ਨਾ, ਇਹ ਅੰਮ੍ਰਿਤ ਵੇਲਾ ਹੈ ਜਿਸ ਵਿੱਚ ਅਸਾਂ ਨੇ ਪਰਮਾਤਮਾ ਦੇ ਨਾਮ ਰੂਪ ਅੰਮ੍ਰਿਤ ਨੂੰ ਪੀ ਕੇ ਆਪਣੇ ਜੀਵਨ ਨੂੰ ਅੰਮ੍ਰਿਤਮਈ ਬਣਾਉਣਾ ਹੈ ਤੇ ਆਤਮਿਕ ਜੀਵਨ ਦੇਣ ਵਾਲੇ ਜਲ ਨੂੰ ਛੱਕ ਕੇ ਅਸਾਂ ਨੇ ਪਰਮਾਤਮਾ ਦੀ ਬਖਸ਼ਿਸ਼ ਤੇ ਪਾਤਰ ਬਣਨਾ। ਇਸ ਪੌੜੀ ਦੇ ਅੰਦਰ ਦੂਜਾ ਸਵਾਲ, ਰੱਬ ਦੀ ਕਿਹੜੀ ਦਾਤ ਹੈ ਜੋ ਮਨੁੱਖ ਹਰ ਪਲ ਮੰਗਦਾ ਹੈ? ਕਦੀ ਖਿਆਲ ਕੀਤਾ ਹੈ ਕਿਹੜੀ ਦਾਤ ਹੈ? ਉਹ ਹੈ ਰੱਬ ਦੀ ਬਖਸ਼ਿਸ਼, ਰੱਬ ਦੀ ਮਿਹਰ। ਕਰਮੀ ਆਵੇ ਕੱਪੜਾ, ਪਰਮਾਤਮਾ ਦੀ ਮਿਹਰ ਦੇ ਨਾਲ ਹੀ ਸਾਨੂੰ ਇਹ ਕਰਮੀ ਆਵੇ ਕੱਪੜਾ। ਕਰਮੀ ਦਾ ਅਰਥ ਬਖਸ਼ਿਸ਼, ਕਰਮ ਸ਼ਬਦ ਸੰਸਕ੍ਰਿਤ ਦਾ ਜਦੋਂ ਆਉਂਦਾ ਹੈ ਤੇ ਉਹਦਾ ਅਰਥ ਹੁੰਦਾ ਹੈ ਭਾਗ, ਜਦੋਂ ਫਾਰਸੀ 'ਚ ਆਉਂਦਾ ਹੈ ਉਹਦਾ ਅਰਥ ਹੁੰਦਾ ਹੈ ਬਖਸ਼ਿਸ਼। ਤੇ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਇੱਥੇ ਫਾਰਸੀ ਦੇ ਵਿੱਚ ਕਰਮੀ ਸ਼ਬਦ ਦੀ ਵਰਤੋਂ ਕਰ ਰਹੇ ਨੇ, ਕਰਮੀ ਆਵੇ ਕੱਪੜਾ, ਕਿ ਪਰਮਾਤਮਾ ਦੀ ਬਖਸ਼ਿਸ਼ ਦੇ ਨਾਲ ਹੀ ਸਾਨੂੰ ਸਰੀਰ ਰੂਪ ਕੱਪੜਾ ਮਿਲਿਆ ਹੈ। ਇਸ ਸਰੀਰ ਰੂਪ ਕੱਪੜੇ ਦੇ ਨਾਲ ਪਰਮਾਤਮਾ ਦੀ ਸਿੱਖੋ ਸਲਾਹ ਕਰਨੀ ਹੈ, ਕਿਉਂਕਿ ਇਸ ਸਰੀਰ ਦੇ ਜ਼ਰੀਏ ਹੀ ਪਰਮਾਤਮਾ ਦੀ ਵਡਿਆਈ ਕੀਤੀ ਜਾ ਸਕਦੀ ਹੈ, ਪਰਮਾਤਮਾ ਦੇ ਗੁਣਾਂ ਨੂੰ ਮਨ 'ਚ ਵਸਾਇਆ ਜਾ ਸਕਦਾ ਹੈ। ਅਤੇ ਜਿਉਂ ਜਿਉਂ ਪਰਮਾਤਮਾ ਦੇ ਗੁਣ ਮਨ ਵਿੱਚ ਵਸਾਵਾਂਗੇ, ਸਾਡੇ ਮਨ ਵਿੱਚ ਪਰਮਾਤਮਾ ਪ੍ਰਤੀ ਪਿਆਰ ਪੈਦਾ ਹੋ ਜਾਏਗਾ, ਵਾਸ਼ਨਾ ਖਤਮ ਹੋ ਜਾਏਗੀ। ਜਦੋਂ ਵਾਸ਼ਨਾ ਖਤਮ ਹੋਵੇਗੀ, ਨਦਰੀ ਮੁੱਖ ਦੁਆਰ ਸਾਡਾ ਵਾਸ਼ਨਾ ਤੋਂ, ਆਵਾਗੋਣ ਤੋਂ, ਭੈੜੀਆਂ ਆਦਤਾਂ ਤੋਂ ਸਾਡਾ ਛੁਟਕਾਰਾ ਹੋ ਜਾਏਗਾ। ਨਾਨਕ ਇਹ ਮੈਂ ਜਾਣੀ, ਹੇ ਨਾਨਕ ਇਸ ਢੰਗ ਨਾਲ, ਇਸ ਤਰੀਕੇ ਦੇ ਨਾਲ ਪਰਮਾਤਮਾ ਨੂੰ ਜਾਣਿਆ ਜਾ ਸਕਦਾ। ਸਭ ਆਪੇ ਸਚਿਆਰ, ਉਹ ਪਰਮਾਤਮਾ ਹਰ ਥਾਈ ਆਪ ਹੀ ਸਰਵ ਵਿਆਪਕ ਹੈ। ਉਸ ਪਰਮਾਤਮਾ ਨੂੰ ਮਿਲਣ ਲਈ ਮਨ ਵਿੱਚ ਵਾਸ਼ਨਾ ਨਹੀਂ, ਮਨ ਵਿੱਚ ਪ੍ਰੇਮ ਚਾਹੀਦਾ ਹੈ, ਕਿਉਂਕਿ ਪ੍ਰੇਮ ਦੀ ਬੋਲੀ ਜਾਂਦਾ ਹੈ, ਉਹ ਪ੍ਰੇਮ ਨਾਲ ਭਰਿਆ ਹੋਇਆ। ਸਾਡੇ ਮਨ 'ਚ ਪ੍ਰੇਮ ਤਾਂ ਹੈ ਪਰ ਪਰਮਾਤਮਾ ਦੀਆਂ ਦਾਤਾਂ ਪ੍ਰਤੀ ਹੈ। ਜਿਸ ਦਿਨ ਸਾਡੇ ਮਨ 'ਚ ਪਰਮਾਤਮਾ ਪ੍ਰਤੀ ਪ੍ਰੇਮ ਹੋਵੇਗਾ ਨਾ, ਫਿਰ ਅਸੀਂ ਪਰਮਾਤਮਾ ਦਾ ਨਾਮ ਮੰਗਾਂਗੇ, ਪਰਮਾਤਮਾ ਨੂੰ ਮੰਗਾਂਗੇ। ਸੋ ਇਸ ਪਾਵਨ ਪੌੜੀ ਦੇ ਅੰਦਰ ਮੇਰੇ ਹਜ਼ੂਰ ਪਿਤਾ ਨੇ ਬੜੇ ਸੁੰਦਰ ਤਰੀਕੇ ਨਾਲ ਗੱਲ ਸਮਝਾਈ ਕਿ ਭਾਈ ਪਰਮਾਤਮਾ ਦੇ ਮਨ, ਪਰਮਾਤਮਾ ਦੇ ਲਈ ਮਨ 'ਚ ਪਿਆਰ ਕਰਨ ਵਾਸਤੇ ਪਰਮਾਤਮਾ ਨੂੰ ਯਾਦ ਕਰਨਾ ਪੈਣਾ ਹੈ, ਅਤੇ ਪਰਮਾਤਮਾ ਨੂੰ ਯਾਦ ਵੀ ਉਹਦੀ ਕਿਰਪਾ ਨਾਲ ਹੀ ਕੀਤਾ ਜਾ ਸਕਦਾ ਹੈ। ਨਦਰ ਕਰੇ ਤਾਂ ਸਿਮਰਿਆ ਜਾਏ, ਇਹ ਮੇਰੇ ਮਾਲਕ ਪਿਤਾ ਜੇ ਤੂੰ ਕਿਰਪਾ ਕਰੇ ਨਾ ਤਾਂ ਮੈਂ ਸਿਮਰਨ ਕਰ ਸਕਦਾ ਵਾਂ, ਤਾਂ ਮੈਂ ਤੇਰੀ ਸਿੱਖ ਤੋਂ ਸਲਾਹ ਕਰ ਸਕਦਾ ਵਾਂ, ਤਾਂ ਮੈਂ ਆਪਣੇ ਆਪ ਨੂੰ ਵਾਸ਼ਨਾ ਤੋਂ ਮੁਕਤ ਕਰ ਸਕਦਾ ਵਾਂ, ਤਾਂ ਮੈਂ ਆਪਣੇ ਮਨ ਨੂੰ ਨਿਰਮਲ ਬਣਾ ਸਕਦਾ ਵਾਂ। ਇਹ ਮੇਰੇ ਮਾਲਕ ਪਿਤਾ ਆ ਜਿਹੜਾ ਸਰੀਰ ਰੂਪ ਕੱਪੜਾ ਮਿਲਿਆ ਹੈ ਨਾ, ਤੇਰੀ ਰਹਿਮਤ ਸਦਕਾ ਮਿਲਿਆ ਹੈ, ਇਹ ਜਿਹੜਾ ਸਿਰ ਤੋਂ ਸਲਾਹ ਦਾ ਕੱਪੜਾ ਮਿਲਿਆ ਹੈ ਨਾ ਮੈਨੂੰ ਵਡਿਆਈ ਕਰਨ ਦਾ, ਤੇਰੀ ਗੋਦ 'ਚ ਜੁੜ ਬੈਠਣ ਦਾ, ਤੇਰੀ ਰਹਿਮਤ ਸਦਕਾ ਮਿਲਿਆ ਹੈ। ਅਤੇ ਜਿਸ ਦਿਨ ਤੇਰੀ ਰਹਿਮਤ ਹੋਈ ਨਾ, ਉਸ ਦਿਨ ਮੇਰਾ ਅਵਗੁਣਾਂ ਤੋਂ, ਬੁਰਿਆਈਆਂ ਤੋਂ ਛੁਟਕਾਰਾ ਹੋ ਜਾਣਾ ਹੈ, ਹੋਣਾ ਸਾਰਾ ਕੁਝ ਦੀ ਰਹਿਮਤ ਨਾਲ ਹੈ। ਬਸ ਸਾਨੂੰ ਉਹਦੀ ਰਹਿਮਤ ਦੇ ਪਾਤਰ ਬਣਨ ਲਈ ਯਤਨ ਕਰਨਾ ਪੈਣਾ ਹੈ, ਅਸੀਂ ਉਹਦੀ ਬਖਸ਼ਿਸ਼ ਦੇ ਪਾਤਰ ਬਣ ਜਾਈਏ, ਆਪਣੇ ਅੰਦਰ ਇੰਨੀ ਕੁ ਯੋਗਤਾ ਪੈਦਾ ਕਰੀਏ, ਗੁਰੂ ਦੀ ਸਿੱਖਿਆ ਮੁਤਾਬਕ ਚੱਲਦੇ ਹਾਂ, ਅਸੀਂ ਉਹਦੇ ਨਜ਼ਰੇ ਰਹਿਮਤ ਦੇ ਪਾਤਰ ਬਣ ਜਾਈਏ। ਨਾਨਕ ਇਹ ਵੈ ਜਾਣੀਏ, ਇਹ ਢੰਗ ਹੈ ਪਰਮਾਤਮਾ ਨਾਲ ਮਿਲਣ ਦਾ। ਸਭ ਆਪੇ ਸਚਿਆਰ, ਉਹ ਪਰਮਾਤਮਾ ਹਰ ਪਾਸੇ ਰਮਿਆ ਹੋਇਆ ਹੈ। ਸੋ ਅੱਜ ਦੀ ਕਥਾ ਦਾ ਜੋ ਟੇਕ ਹੋਮ ਮੈਸੇਜ ਹੈ, ਰੱਬੀ ਮਿਲਾਪ ਦਾ ਵਸੀਲਾ ਸੱਚਾ ਪ੍ਰੇਮ ਹੈ। ਮਨੁੱਖਤਾ ਰੱਬ ਦੀ ਬਖਸ਼ਿਸ਼ਾਂ ਦੀ ਮੰਗ ਕਰਦੀ ਹੈ, ਜਿਵੇਂ ਧਰਤੀ ਵਿੱਚ ਬਹੁਤ ਕੀਮਤੀ ਖਜ਼ਾਨੇ ਛੁਪੇ ਹੋਏ ਨੇ, ਇਵੇਂ ਹੀ ਸਤਿਗੁਰਾਂ ਦੀਆਂ ਬਖਸ਼ਿਸ਼ਾਂ ਸਤਿਗੁਰਾਂ ਦੇ ਸ਼ਬਦ ਵਿੱਚ ਛੁਪੀਆਂ ਹੋਈਆਂ ਨੇ। ਅਸੀਂ ਸ਼ਬਦ ਦੀ ਵਿਚਾਰ ਅਨੁਸਾਰ ਆਪਣੇ ਜੀਵਨ ਨੂੰ ਸਵਾਰਦੇ ਹਾਂ, ਆਪਣੇ ਜੀਵਨ ਦੇ ਰੱਬੀ ਗੁਣਾਂ ਨੂੰ ਵਸਾਉਂਦੇ ਹਾਂ।
ਮਾਲਕ ਦੀਆਂ ਬਖਸ਼ਿਸ਼ਾਂ ਦੇ ਪਾਤਰ ਬਣਨਾ ਹੈ। ਸੋ ਅੱਜ ਦੀ ਕਥਾ ਦਾ ਕੰਕਲੂਜ਼ਨ ਹੈ, ਕਰਮੀ ਆਵੇ ਕੱਪੜਾ ਨਦਰੀ ਮੁਖ ਦੁਆਰ, ਨਾਨਕ ਇਹ ਵੈ ਜਾਣੀਏ ਸਭ ਆਪੇ ਸਚਿਆਰ। ਸਾਰਾ ਕੁਝ ਦੀ ਬਖਸ਼ਿਸ਼ ਨਾਲ ਹੋਣਾ ਹੈ, ਮਨ ਸ਼ੁੱਧ ਵੀ ਉਹਦੀ ਬਖਸ਼ਿਸ਼ ਨਾਲ ਹੋਣਾ ਹੈ, ਮਨ 'ਚ ਪ੍ਰੇਮ ਵੀ ਉਹਦੀ ਰਹਿਮਤ ਨਾਲ ਪੈਦਾ ਹੋਣਾ ਹੈ। ਬਸ ਸਾਨੂੰ ਉਹਦੀ ਬਖਸ਼ਿਸ਼ ਦੇ ਪਾਤਰ ਬਣਨ ਦਾ ਯਤਨ ਕਰਨਾ ਪੈਣਾ ਹੈ। ਇਤਨੇ ਬਚਨ ਪ੍ਰਵਾਨ ਹੋਈਆਂ ਭੁੱਲਾਂ ਦੀ ਖਿਮਾ ਖਿਮਾ ਕਰਦੇ ਕਰਵਾਨ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।